ਬਹਾਦਰ ਚੰਦੋ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਿ ਅਨੁਰਾਗ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਦੁਹਰਾ ਭਇਓ ਖੇਤ ਦਾਰੁਨ ਮਹਾ ਲੋਤ ਸੰਕੀਰਣ ਜਾਲ ਕੂਕੈ ਜੰਬਕ ਆਨਕੈ ਕੂਕਰ ਕੂਕ ਮਿਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨੂੰ ਵਾਜੀ ਗੁਰੂ ਕੀ ਸੰਗਤ ਆਪ ਸੰਗਤਾਂ ਨੇ ਗੁਰੂ ਦਰਬਾਰ ਅੰਦਰ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਇਸ ਵੇਲੇ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਦੇ ਜੀਵਨ ਦੀ ਜੋ ਕਥਾ ਵਿਚਾਰ ਹੈ ਉਹ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਪਹਾੜੀ ਰਾਜਿਆਂ ਦੇ ਵਾਰ ਵਾਰ ਕਹਿਣ 'ਤੇ ਔਰੰਗਜ਼ੇਬ ਬਾਦਸ਼ਾਹ ਦੇ ਵੱਲੋਂ ਸਰਹੰਦ ਦੇ ਸੂਬੇਦਾਰ ਨੂੰ ਹੁਕਮ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜਿਹੜਾ ਹੈ ਉਹ ਜੰਗ ਕੀਤਾ ਜਾਵੇ। ਸਰਹੰਦ ਦਾ ਸੂਬੇਦਾਰ ਬਹੁਤ ਵੱਡੀ ਫੌਜ ਲੈ ਕੇ ਰੋਪੜ ਆ ਕੇ ਪਹੁੰਚਿਆ ਹੈ। ਇੱਧਰੋਂ ਪਹਾੜੀ ਰਾਜਿਆਂ ਨੇ ਵੀ ਸੂਬੇਦਾਰ ਨੂੰ ਇਹ ਗੱਲ ਕਹੀ ਹੈ ਕਿ ਇਸ ਵੇਲੇ ਮਹਾਰਾਜ ਅਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਨੇ, ਉਹਨਾਂ ਕੋਲ ਕੋਈ ਕਿਲ੍ਹਾ ਨਹੀਂ ਹੈ, ਉਹਨਾਂ ਨੂੰ ਫੜਨਾ ਜਾਂ ਮਾਰਨਾ ਬੜਾ ਸੌਖਾ ਹੈ। ਇਸ ਤਰ੍ਹਾਂ ਦੀ ਯੋਜਨਾਬੰਦੀ ਬਣਾ ਕੇ ਇਹ ਵੱਡਾ ਭਿਆਨਕ ਜੰਗ ਹੋ ਰਿਹਾ ਹੈ ਜੋ ਪਿੱਛੇ ਆਪਾਂ ਸਰਵਣ ਕਰ ਰਹੇ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਵਾਹਿਗੁਰੂ ਸਾਹਿਬ ਜੀ। ਦੁਹਰਾ ਭਇਓ ਖੇਤ ਦਾਰੁਨ ਮਹਾ ਲੋਤ ਸੰਕੀਰਣ ਜਾਲ। ਜਿਸ ਮੈਦਾਨ ਦੇ ਵਿੱਚ ਜੰਗ ਹੋ ਰਿਹਾ ਹੈ, ਕਹਿਣ ਲੱਗੇ ਉਹ ਮੈਦਾਨ ਬੜਾ ਭਿਆਨਕ ਬਣ ਗਿਆ ਹੈ। ਥਾਵਾਂ ਥਾਵਾਂ 'ਤੇ ਜਿਹੜੀਆਂ ਲਾਸ਼ਾਂ ਹਨ, ਮੁਰਦਾ ਸਰੀਰ ਉਹ ਪਏ ਹੋਏ, ਔਰ ਇਸੇ ਤਰ੍ਹਾਂ ਰਲੀਆਂ ਮਿਲੀਆਂ ਜਿਹੜੀਆਂ ਲਾਸ਼ਾਂ ਹਨ, ਕਿਸੇ ਦਾ ਧੜ ਕਿਤੇ ਹੈ, ਕਿਸੇ ਦਾ ਸਿਰ ਕਿਤੇ ਹੈ, ਇਸ ਤਰ੍ਹਾਂ ਰਲੇ ਮਿਲੇ ਵੱਡੇ ਟੁਕੇ ਸਰੀਰ ਜਿਹੜੇ ਨੇ, ਉਹ ਮ੍ਰਿਤਕ ਸਰੀਰ ਜਿਹੜੇ ਨੇ ਮੈਦਾਨ ਦੇ ਵਿੱਚ ਇੱਧਰ ਉੱਧਰ ਜੰਗ ਵਿੱਚ ਖਿਲਰੇ ਹੋਏ ਹਨ। ਚੰਬਕ ਆਨਕੈ ਕੂਕਰ ਕੂਕ ਵਿਸਾਲ। ਸੋ ਜਿੱਥੇ ਮਾਸ ਇੰਨਾ ਵੱਢਿਆ ਹੋਇਆ ਟੁਕਿਆ ਹੋਇਆ ਪਿਆ ਹੈ, ਉੱਥੇ ਮਾਸ ਨੂੰ ਖਾਣ ਵਾਲੇ ਜਿਹੜੇ ਪੰਛੀ ਜਾਂ ਜਾਨਵਰ ਨੇ, ਜਿਵੇਂ ਕਾਂ ਹੈ, ਇਸੇ ਤਰ੍ਹਾਂ ਜੰਬੋ ਕਹੀਏ ਗਿੱਦੜ ਜਾਂ ਕੁੱਤੇ ਵਗੈਰਾ ਜਿਹੜੇ ਮਾਸ ਖਾਣ ਵਾਲੇ ਨੇ, ਉਹ ਮਾਸ ਖਾ ਖਾ ਕੇ ਉੱਚੀ ਉੱਚੀ ਆਵਾਜ਼ ਦੇ ਵਿੱਚ ਬੋਲਦੇ ਹਨ। ਬੜੀ ਸ਼ੋਰ ਸ਼ਰਾਬਾ ਆਵਾਜ਼ ਇਹਨਾਂ ਪੰਛੀਆਂ ਦੀ ਔਰ ਜਾਨਵਰਾਂ ਦੀ ਆ ਰਹੀ ਹੈ। ਭਾਈ ਨਿਜਗਣ ਕੇ ਗਣ ਲੈ ਕਰ ਸੰਗ। ਸੋ ਕਹਿਣ ਲੱਗੇ ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਵੀ ਆਪਣੇ ਆਪਣੇ ਗਣ ਨਾਲ ਲੈ ਕੇ ਜਿਹੜੇ ਦੇਵਤੇ ਹਨ। ਵਿਚਰੇ ਰੁਦਰ ਰੁਦਰ ਕਰ ਅੰਗ। ਸੋ ਕਹਿਣ ਲੱਗੇ ਇਸੇ ਤਰ੍ਹਾਂ ਜਿਹੜਾ ਰੁਦਰ ਹੈ ਉਹ ਭਿਆਨਕ ਰੂਪ ਬਣਾ ਕੇ, ਰੁਦਰ ਇੱਕ ਦੇਵਤੇ ਦਾ ਨਾਮ ਹੈ ਜਿਹੜਾ ਆਪਣੇ ਗਣਾਂ ਨੂੰ ਨਾਲ ਲੈ ਕੇ ਚੱਲਦਾ ਹੈ, ਜੰਗ ਮੈਦਾਨ ਨੂੰ ਇੰਨਾ ਭਿਆਨਕ ਵੇਖ ਕੇ ਐਸੀਆਂ ਜਿਹੜੀਆਂ
ਰੂਹਾਂ ਹਨ ਕਹਿ ਲਈਏ ਉਹ ਜੰਗ ਮੈਦਾਨ ਦੇ ਵਿੱਚ ਤੁਰੀਆਂ ਫਿਰਦੀਆਂ ਹਨ। ਬ੍ਰੰਦ ਜੋਗਨੀ ਪੀਵਤ ਸ਼੍ਰੋਣ, ਜੋਗਨੀਆਂ ਜਿਹੜੀਆਂ ਹਨ ਜਿਨ੍ਹਾਂ ਨੂੰ ਭੂਤਨੀਆਂ ਕਿਹਾ ਜਾਂਦਾ ਹੈ, ਕਹਿਣ ਲੱਗੀਆਂ ਵੀ ਮੁਰਦਾ ਸਰੀਰਾਂ ਦੇ ਖੂਨਾਂ ਨੂੰ ਪੀ ਰਹੀਆਂ ਹਨ। ਬੋਲ ਭਯੰਕਰ ਸੁਨਿਯਤ ਸ਼੍ਰੋਣ, ਅਤੇ ਇਸ ਤਰ੍ਹਾਂ ਭਯੰਕਰ ਆਵਾਜ਼ਾਂ ਜਿਹੜੀਆਂ ਨੇ ਉਹ ਕੰਨਾਂ ਵਿੱਚ ਸੁਣਾਈ ਦਿੰਦੀਆਂ ਹਨ। ਅਰੇ ਹਜ਼ਾਰੋਂ ਹੈ ਹਥਿਆਰ, ਹਜ਼ਾਰਾਂ ਦੀ ਗਿਣਤੀ ਵਿੱਚ ਘੋੜੇ ਮਰੇ ਹੋਏ ਪਏ ਹੋਏ ਨੇ, ਘੋੜੇ ਵੀ ਬਹੁਤ ਜ਼ਿਆਦਾ ਮਰ ਗਏ ਜੰਗ ਮੈਦਾਨ ਦੇ ਵਿੱਚ, ਅਤੇ ਇਸੇ ਤਰ੍ਹਾਂ ਸੂਰਮਿਆਂ ਦੇ ਹਥਿਆਰ ਜਿਹੜੇ ਨੇ ਉਹ ਇਸੇ ਤਰ੍ਹਾਂ ਮੈਦਾਨ ਵਿੱਚ ਡਿੱਗੇ ਹੋਏ ਹਨ। ਮੈਂ ਕਾਇਲ ਕੀ ਕਰੀ ਸੰਭਾਰ, ਗੁਰਮੁਖੋ ਜੰਗ ਐਸਾ ਭਿਆਨਕ ਹੈ ਕਿ ਜਿਹੜੇ ਘਾਇਲ ਹੋ ਕੇ ਜ਼ਖਮੀ ਹੋ ਕੇ ਇੱਕ ਵਾਰੀ ਧਰਤੀ 'ਤੇ ਡਿੱਗ ਪਏ ਨਾ, ਉਹਨਾਂ ਨੂੰ ਚੁੱਕਣ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ। ਇਸ ਤਰ੍ਹਾਂ ਦਾ ਭਿਆਨਕ ਜੰਗ ਔਰ ਡਰਾਉਣਾ ਜੰਗ ਹੋ ਰਿਹਾ ਹੈ ਕਿ ਜਿਹੜਾ ਇੱਕ ਵਾਰੀ ਧਰਤੀ 'ਤੇ ਡਿੱਗ ਪਿਆ ਜ਼ਖਮੀ ਹੋ ਕੇ, ਉਹਨੂੰ ਚੁੱਕਣ ਵਾਲਾ ਕੋਈ ਭਰਾ ਭਤੀਜਾ ਕੋਈ ਰਿਸ਼ਤੇਦਾਰ ਕੋਈ ਮਿੱਤਰ, ਕਿਸੇ ਵਿੱਚ ਇੰਨਾ ਸਾਹਸ ਨਹੀਂ ਇੰਨਾ ਹੌਸਲਾ ਨਹੀਂ ਕਿ ਮੈਂ ਆਪਣੇ ਇਸ ਜ਼ਖਮੀ ਹੋਏ ਮਿੱਤਰ ਨੂੰ ਚੁੱਕ ਲਵਾਂ। ਇੰਨਾ ਭਿਆਨਕ ਇਹ ਜੰਗ ਦਾ ਮੈਦਾਨ, ਇੰਨਾ ਡਰ ਸਾਰਿਆਂ ਦੇ ਮਨ ਵਿੱਚ ਹੈ ਕਿ ਕੋਈ ਵੀ ਕਿਸੇ ਦੀ ਸੰਭਾਲ ਕਰਨ ਨੂੰ ਤਿਆਰ ਨਹੀਂ। ਇਸ ਛਿਨ ਜੀਵਤ ਭੀ ਮਰ ਗਏ, ਜਿਹੜੇ ਜਿਉਂਦੇ ਸਨ ਮੰਨ ਲਓ ਸਾਰੇ ਸਾਕ ਹੀ ਖਤਮ ਹੋ ਗਿਆ। ਜਦੋਂ ਕੋਈ ਬਿਪਤਾ ਵਿੱਚ ਪੈ ਜਾਵੇ ਅਤੇ ਫਿਰ ਬਿਪਤਾ ਵਿੱਚ ਪੈ ਨੂੰ ਵੇਖ ਕੇ ਦੁਨੀਆ ਦੌੜ ਜਾਂਦੀ ਹੈ। ਜਿਹੜਾ ਕੋਈ ਸਾਕ ਸੰਬੰਧੀ ਜਿਉਂਦਾ ਵੀ ਸੀ ਨਾ, ਆਪਣੇ ਦੂਜੇ ਸਾਕ ਸੰਬੰਧੀ ਨੂੰ ਤੜਫਦਿਆਂ ਵੇਖ ਕੇ ਸਮਝ ਲਓ ਵੀ ਉਹਦੇ ਵਾਸਤੇ ਉਹ ਮਰ ਹੀ ਗਿਆ, ਜਿਹਨੇ ਜਾ ਕੇ ਚੁੱਕਿਆ ਨਹੀਂ, ਜਿਹਨੇ ਜਾ ਕੇ ਕੋਈ ਉਹਦੀ ਮਦਦ ਨਹੀਂ ਕੀਤੀ ਹੈ, ਕੋਈ ਪਾਣੀ ਵਗੈਰਾ ਨਹੀਂ ਪਿਲਾਇਆ। ਮੰਨ ਲਓ ਵੀ ਜਿਉਂਦੇ ਹੋਏ ਵੀ ਮਰ ਗਏ, ਸਾਕ ਹੀ ਸਾਰੇ ਰਿਸ਼ਤੇਦਾਰੀਆਂ ਸਭ ਖਤਮ ਹੋ ਗਈਆਂ, ਜਿਹਨੂੰ ਆਪਾਂ ਕਹਿ ਲੈਂਦੇ ਵੀ ਖੂਨ ਚਿੱਟਾ ਹੋ ਗਿਆ ਹੈ। ਸੋ ਐਸੀ ਹਾਲਤ ਜੰਗ ਦਾ ਐਸਾ ਡਰਾਉਣਾ ਇਹ ਮੰਜ਼ਰ ਬਣਿਆ ਹੈ ਕਿ ਕੋਈ ਵੀ ਕਿਸੇ ਨੂੰ ਚੁੱਕਣ ਦੇ ਜਾਂ ਮਦਦ ਕਰਨ ਦੀ ਇਸ ਵੇਲੇ ਹਾਲਤ ਵਿੱਚ ਨਹੀਂ ਹੈ। ਬਣ ਕੇ ਜੀਵ ਮਾਸ ਭਖ ਲਏ, ਸੋ ਕਹਿਣ ਲੱਗੇ ਜਿਹੜੇ ਜੰਗਲ ਦੇ ਜਾਨਵਰ ਸਨ, ਜਦੋਂ ਹੁਣ ਸਰੀਰ ਵੱਢੇ ਕੱਟੇ ਖੂਨ ਡੁੱਲਿਆ ਹੋਇਆ ਮਾਸ ਪਿਆ ਹੋਇਆ ਵਾਧੂ, ਅਤੇ ਜੰਗਲ ਦੇ ਜਿਹੜੇ ਜਾਨਵਰ ਨੇ ਆਉਂਦੇ ਨੇ ਜੰਗਲ ਵਿੱਚੋਂ ਨਿਕਲ ਕੇ, ਅਤੇ ਇਹਨਾਂ ਜਿਉਂਦਿਆਂ ਨੂੰ ਵੀ ਜਿਹੜੇ ਤੜਫਦੇ ਪਏ ਨੇ ਉਹਨਾਂ ਨੂੰ ਵੀ ਨੋਚ ਨੋਚ ਕੇ ਜਾਨਵਰ ਖਾਂਦੇ ਪਏ, ਜਿਹੜੇ ਮਰ ਗਏ ਉਹਨਾਂ ਦਾ ਮਾਸ ਵੀ ਖਾਂਦੇ ਪਏ। ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਹੈ। ਪਰੀ ਮਾਰ ਤੁਰਕਨ ਪਰ ਗਾਡੀ, ਇਸ ਤਰ੍ਹਾਂ ਦੀ ਮੁਗਲਾਂ ਦੀ ਫੌਜ ਦੇ ਉੱਪਰ, ਕਿਉਂਕਿ ਇਹ ਸਰਹੰਦ ਦਾ ਸੂਬੇਦਾਰ ਆਇਆ ਨਾ ਵੱਡੀ ਫੌਜ ਲੈ ਕੇ, ਭਾਈ ਸੰਤੋਖ ਸਿੰਘ ਨੇ 1 ਲੱਖ ਤੋਂ ਵੱਧ ਦੀ ਗਿਣਤੀ ਲਿਖੀ ਹੈ ਇਹਦੀ ਫੌਜ ਦੀ ਜਿਹੜੀ ਲੈ ਕੇ ਆਇਆ ਹੈ। ਬੜੀ ਭਿਆਨਕ ਮਾਰ ਇਹਦੇ ਉੱਪਰ ਗੁਰੂ ਖਾਲਸੇ ਨੇ ਮਾਰੀ ਹੈ। ਮਹਾਂ ਸੋਗ ਜੁੱਤ ਪੀੜਾ ਬੜੀ, ਅਤੇ ਕਹਿਣ ਲੱਗੇ ਹੁਣ ਬੜਾ ਸ਼ੋਗ ਹੈ, ਬੜਾ ਦੁਖੀ ਹੈ, ਬੜੀ ਪੀੜਾ ਹੈ, ਹੁਣ ਬੜਾ ਦੁੱਖ ਹੈ ਵੀ ਇਹ ਮੇਰੇ ਨਾਲ ਕੀ ਹੋਇਆ। ਸਾਰੀ ਫੌਜ ਤਰਾਹ ਤਰਾਹ ਕਰ ਉੱਠੀ ਹੈ ਅਤੇ ਕਹਿਣ ਲੱਗੇ ਬੜੀ ਚਿੰਤਾ ਦੇ ਨਾਲ ਹੈ। ਰਹਿਓ ਵਜ਼ੀਰ ਖਾਨ ਚਿਤ ਚਿਤ ਵਤ, ਸੋ ਇਹ ਜਿਹੜਾ ਵਜ਼ੀਰ ਖਾਨ ਹੈ ਸਰਹੰਦ ਦਾ ਸੂਬੇਦਾਰ, ਇਹ ਗੁਰਮੁਖੋ ਮਹਾਰਾਜ ਦੇ ਨਾਲ ਇਸਨੇ ਬੜਾ ਲੰਮਾ ਸਮਾਂ ਇਸਨੇ ਵੈਰ ਕਮਾਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜਿਹੜਾ ਇਹ ਜੰਗ ਸ਼ੁਰੂ ਹੋਇਆ, ਇੱਥੋਂ ਲੈ ਕੇ ਮਹਾਰਾਜ ਸਾਹਿਬ ਜੀ ਜਿੰਨਾ ਚਿਰ ਮੁਕਤਸਰ ਸਾਹਿਬ ਵਾਲਾ ਜੰਗ ਕਰਨਗੇ ਉਨਾ ਚਿਰ ਇਹ ਮਗਰ ਮਹਾਰਾਜ ਦੇ ਨਾਲ ਵੈਰ ਕਮਾਉਣ ਵਾਸਤੇ ਲੱਗਾ ਹੀ ਰਿਹਾ। ਮੁਕਤਸਰ ਦੀ ਜੰਗ ਤੋਂ ਮਾਰ ਖਾ ਕੇ ਪਿੱਛੇ ਹਟਿਆ, ਔਰ ਫਿਰ ਇੱਥੇ ਹੀ ਬਸ ਨਹੀਂ, ਫਿਰ ਇਸਨੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਵੀ ਜਿਹੜੇ ਸਨ ਆਪਣੇ ਵੱਲੋਂ ਬੰਦੇ ਖਰੀਦ ਕੇ ਭੇਜੇ ਗਏ ਕਿ ਮਹਾਰਾਜ ਨੂੰ ਉੱਥੇ ਕਤਲ ਕਰ ਦਿਓ। ਸਤਿਗੁਰਾਂ ਦੇ ਸੀਨੇ 'ਤੇ ਜਿਹੜਾ ਖੰਜਰ ਮਾਰਿਆ ਗਿਆ ਉਹਦੀ ਸਾਰੀ ਵਿਉਂਤਬੰਦੀ ਬਣਾਉਣ ਵਾਲਾ, ਉਹਨਾਂ ਬੰਦਿਆਂ ਨੂੰ ਭੇਜਣ ਵਾਲਾ, ਉਹਨਾਂ ਕੋਲੋਂ ਕੰਮ ਕਰਾਉਣ ਵਾਲਾ ਇਹ ਵਜ਼ੀਰ ਖਾਨ ਹੀ ਹੈ। ਕਿਉਂਕਿ ਇਸ ਨੂੰ ਡਰ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਕੋਲੋਂ ਮੇਰੀਆਂ ਕਰਤੂਤਾਂ ਦਾ ਬਦਲਾ ਲੈਣਗੇ। ਸੋ ਇਸ ਕਰਕੇ ਇਹ ਜਿਹੜਾ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਬੜਾ ਦੁਸ਼ਟ ਆਦਮੀ ਹੈ, ਇਹ ਹੁਣ ਦੇ ਜੰਗ ਤੋਂ ਮਹਾਰਾਜ ਦੇ ਨਾਲ ਵੈਰ ਕਰਨ ਲੱਗਾ ਹੈ, ਔਰ ਅਖੀਰ ਤੱਕ ਇਹ ਵੈਰ ਕਰਦਾ ਰਹੇਗਾ। ਸੋ ਇਸ ਤਰ੍ਹਾਂ ਇਹ ਜਿਹੜਾ ਵਜ਼ੀਰ ਖਾਨ ਹੈ, ਕਹਿਣ ਲੱਗੇ ਬੜੀ ਚਿੰਤਾ ਹੈ ਮਨ ਦੇ ਵਿੱਚ ਵੀ ਇਹ ਮੇਰੇ ਨਾਲ ਕੀ ਹੋਇਆ ਹੈ, ਵੀ ਐਡਾ ਵੱਡਾ ਜੰਗ ਮੇਰੇ ਨਾਲ ਕਿਵੇਂ ਬਣਿਆ ਹੈ। ਇਹ ਮਮ ਲਸ਼ਕਰ ਪਰਕਿਆ ਬਿਤਵਤ, ਅਤੇ ਮਨ ਵਿੱਚ ਸੋਚਦਾ ਸੀ ਵੀ ਮੇਰੀ ਬੜੀ ਵੱਡੀ ਫੌਜ ਹੈ ਅਤੇ ਮੈਂ ਤਾਂ ਝੱਟ ਹੀ ਲੜ ਕੇ ਜਿੱਤ ਲੈਣਾ, ਪਰ ਜਦੋਂ ਇੰਨੀ ਵੱਡੀ ਫੌਜ ਮਰ ਗਈ ਤਾਂ ਸੋਚਦਾ ਪਿਆ ਵੀ ਇਹ ਮੇਰੀ ਫੌਜ ਦੇ ਨਾਲ ਕੀ ਇਸ ਵੇਲੇ ਬਤੀਤ ਹੋਇਆ ਹੈ, ਮੇਰੀ ਫੌਜ ਨਾਲ ਇਸ ਵੇਲੇ ਕੀ ਬੀਤਦੀ ਪਈ ਹੈ। ਜਾਣੀ ਗਈ ਨਾ ਕੁਛ ਬੁੱਧ ਮਨ ਤੇ, ਮੇਰੇ ਤੋਂ ਕੁਝ ਜਾਣੀ ਨਹੀਂ ਗਈ, ਨਾ ਮੇਰੇ ਮਨ ਵਿੱਚ ਕੋਈ ਵਿਚਾਰ ਆਉਂਦਾ ਪਿਆ, ਨਾ ਕੋਈ ਬੁੱਧੀ ਵਿੱਚ ਗੱਲ ਆਉਂਦੀ ਹੈ ਵੀ ਮੈਂ ਕਰਾਂ ਤੇ ਕੀ ਕਰਾਂ।
ਸੋ ਐਸੀ ਮਾਰ ਖਾਲਸੇ ਨੇ ਮਾਰੀ ਹੈ, ਐਡਾ ਵੱਡਾ ਜਰਨੈਲ ਸਰਹੰਦ ਦਾ ਸੂਬੇਦਾਰ ਵੱਡੀ ਫੌਜ ਲੈ ਕੇ ਬੈਠਾ ਹੈ, ਪਰ ਇੰਨਾ ਡਰਿਆ ਹੈ, ਇੰਨਾ ਫਿਕਰ ਵਿੱਚ ਪੈ ਗਿਆ, ਹੁਣ ਸੋਚਦਾ ਪਿਆ ਕੀ ਕਰਾਂ, ਨਾ ਕੋਈ ਮਨ ਸਾਥ ਦਿੰਦਾ, ਨਾ ਦਿਮਾਗ ਦੇ ਵਿੱਚ ਕੋਈ ਗੱਲ ਆਉਂਦੀ ਹੈ, ਐਸੀ ਫਿਕਰ ਵਿੱਚ ਪੈ ਗਿਆ ਹੈ। ਝੂਰਿਓ ਪਾਏ ਪਰਾਜੈ ਰਣ ਤੇ, ਜੰਗ ਦੇ ਵਿੱਚੋਂ ਹਾਰ ਕੇ ਹੁਣ ਝੂਰਦਾ ਪਿਆ ਹੈ, ਹੁਣ ਸੋਚਦਾ ਪਿਆ, ਹੁਣ ਪਛਤਾਵਾ ਕਰਦਾ ਪਿਆ ਹੈ ਕਿ ਇਹ ਮੇਰੇ ਨਾਲ ਕੀ ਹੋਇਆ, ਇੰਨੀ ਵੱਡੀ ਫੌਜ ਮਰਵਾਈ ਹੈ, ਪ੍ਰਾਪਤੀ ਕੁਝ ਨਹੀਂ ਹੋਈ ਹੈ, ਇਸ ਤਰ੍ਹਾਂ ਮਨ ਵਿੱਚ ਬੜਾ ਝੂਰਦਾ ਹੈ। ਸਿੰਘ ਅਲਪ ਹੀ ਹਤੇ ਨ ਗਏ ਤੇ ਮਹਾਰਾਜ ਦੇ ਕੋਲ ਸਿੱਖ ਨੇ ਥੋੜ੍ਹੇ, ਗਿਣਤੀ ਥੋੜ੍ਹੀ ਹੈ, ਪਰ ਉਹਨਾਂ ਵਿੱਚ ਮਹਾਰਾਜ ਸਾਹਿਬ ਜੀ ਆਪ ਵਿਚਰਦੇ ਪਏ। ਮਹਾਰਾਜ ਦੇ ਕੋਲ ਸਿੱਖ ਥੋੜ੍ਹੇ ਨੇ, ਉਹਨਾਂ ਦੀ ਗਿਣਤੀ ਵੀ ਥੋੜ੍ਹੀ ਹੈ, ਪਰ ਮੇਰੇ ਕੋਲੋਂ ਫਿਰ ਵੀ ਨਹੀਂ ਉਹ ਮਾਰੇ ਗਏ, ਇਹ ਵਜ਼ੀਰ ਖਾਨ ਸੋਚਦਾ ਹੈ। ਰਹੇ ਮਵਾਸੀ ਬੜ ਵੱਲ ਕੀਏ, ਅਤੇ ਇਹ ਇਸ ਵੇਲੇ ਮਵਾਸੀ ਹੋ ਚੁੱਕੇ ਨੇ, ਆਕੀ ਹੋ ਚੁੱਕੇ ਨੇ, ਮੇਰੀ ਫੌਜ ਦੇ ਕੋਲੋਂ ਨਾ ਇਹਨਾਂ ਨੇ ਜਿੱਤੇ ਜਾਣਾ ਨਾ ਮਾਰੇ ਜਾਣਾ ਹੈ, ਇਹ ਆਕੀ ਹੋ ਕੇ ਬੈਠ ਗਏ ਹਨ। ਓਟ ਦੁਰਗ ਕੀ ਓਟ ਨਾ ਕੋਈ, ਇਸ ਵੇਲੇ ਇਹਨਾਂ ਦੇ ਕੋਲ ਕੋਈ ਕਿਲਾ ਨਹੀਂ ਹੈ, ਨਾ ਇਹਨਾਂ ਦੇ ਕੋਲ ਕੋਈ ਦੀਵਾਰ ਹੈ, ਬਿਨਾਂ ਕਿਸੇ ਦੀਵਾਰ ਤੋਂ, ਬਿਨਾਂ ਕਿਸੇ ਕਿਲੇ ਤੋਂ ਇਹ ਇੰਨਾ ਜੰਗ ਕਰਦੇ ਪਏ। ਖੁਦਾ ਨਾ ਖਾਸਤਾ ਜੇ ਕਿਤੇ ਅਨੰਦਪੁਰ ਸਾਹਿਬ ਪਹੁੰਚ ਗਏ, ਕਿਲੇ ਦੇ ਅੰਦਰ ਚਲੇ ਗਏ, ਅਤੇ ਫਿਰ ਇਹਨਾਂ ਨੂੰ ਕੌਣ ਜਿੱਤੇਗਾ, ਇਹ ਵਜ਼ੀਰ ਖਾਨ ਦੀ ਪਰੇਸ਼ਾਨੀ ਬਣੀ ਹੋਈ ਹੈ। ਇਸ ਵੇਲੇ ਇਹਨਾਂ ਕੋਲ ਕਿਲਾ ਕੋਈ ਨਹੀਂ ਹੈ, ਫਿਰ ਵੀ ਇਹ ਮੇਰੀ ਫੌਜ ਕੋਲੋਂ ਜਿੱਤੇ ਨਹੀਂ ਜਾਂਦੇ ਹਨ। ਬੀਚ ਮੈਦਾਨ ਮੋਰਚੇ ਹੋਈ, ਕਿਉਂਕਿ ਇਹਨਾਂ ਨੇ ਬਿਲਕੁਲ ਰੜੇ ਮੈਦਾਨ ਦੇ ਵਿੱਚ ਮੋਰਚੇ ਲਾ ਲਏ ਜੰਗ ਕਰਨ ਵਾਸਤੇ, ਔਰ ਜੰਗ ਕਰਦੇ ਪਏ। ਮੇਰੇ ਕੋਲੋਂ ਮੈਦਾਨ ਦੇ ਵਿੱਚ ਵੀ ਇਹਨਾਂ ਨੂੰ ਮਾਰਨਾ ਬੜਾ ਔਖਾ ਹੈ। ਮਰੇ ਹਜ਼ਾਰੋਂ ਵੀਰ ਤੁਰੰਗ, ਮੇਰੇ ਹਜ਼ਾਰਾਂ ਸੂਰਮੇ ਜੰਗ ਦੇ ਵਿੱਚ ਮਰ ਗਏ ਔਰ ਘੋੜੇ ਮਰ ਗਏ। ਜੰਗ ਦਾ ਨਾਂ ਲੈਣਾ ਸੌਖਾ ਹੈ, ਪਰ ਜੰਗ ਨੂੰ ਨਿਭਾਉਣਾ ਬੜਾ ਔਖਾ ਹੈ। ਮੇਰੇ ਬੜੇ ਸੂਰਮੇ ਜੰਗ ਵਿੱਚ ਮਾਰੇ ਗਏ ਔਰ ਘੋੜੇ ਮਾਰੇ ਗਏ, ਇੰਨਾ ਮੇਰਾ ਜਾਨੀ ਮਾਲੀ ਨੁਕਸਾਨ ਹੋਇਆ ਹੈ। ਨਹੀਂ ਸੰਭਾ ਰਹੇ ਘਾਇਲ ਜੰਗ, ਅਤੇ ਜਿਹੜੇ ਮੇਰੇ ਸੂਰਮੇ ਨੇ ਉਹ ਇੰਨੇ ਡਰੇ ਹੋਏ ਨੇ, ਆਪਣੇ ਸਾਥੀਆਂ ਨੂੰ ਵੀ ਜੰਗ ਵਿੱਚ ਸੰਭਾਲਦੇ ਨਹੀਂ ਪਏ। ਹੁਣ ਇਹ ਵੇਖਦਾ ਪਿਆ ਨਾ ਜੰਗ ਦੇ ਵਿੱਚ ਆਪ ਜਾ ਕੇ ਇਹ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ, ਕਿ ਜਿਹੜੇ ਮੇਰੀ ਫੌਜ ਦੇ ਬੰਦੇ ਮਰ ਗਏ, ਉਹਨਾਂ ਦੇ ਜਿਹੜੇ ਰਿਸ਼ਤੇਦਾਰ ਜਿਉਂਦੇ ਨੇ, ਉਹ ਮਰਿਆ ਹੋਇਆਂ ਨੂੰ ਜਾਂ ਤੜਫਦਿਆਂ ਹੋਇਆਂ ਫੱਟੜ ਹੋਇਆਂ ਨੂੰ, ਜ਼ਖਮੀ ਹੋਇਆਂ ਨੂੰ ਵੀ ਸੰਭਾਲਦੇ ਨਹੀਂ ਪਏ। ਇੰਨਾ ਡਰ ਮੇਰੀ ਫੌਜ ਵਿੱਚ ਬਣਿਆ ਹੋਇਆ ਹੈ। ਇਤਿਹਾਸਕ ਪਛਤਾਵਤ ਰਹੇ, ਇਸ ਤਰ੍ਹਾਂ ਦੀਆਂ ਗੱਲਾਂ ਸੋਚ ਕੇ ਵਜ਼ੀਰ ਖਾਨ ਆਪਣੇ ਮਨ ਦੇ ਵਿੱਚ ਬਹੁਤ ਜ਼ਿਆਦਾ ਪਛਤਾਪ ਕਰਦਾ ਹੈ। ਗੁਰ ਪ੍ਰਤਾਪ ਨੇ ਮੂਰਖ ਲਹੇ, ਪਰ ਮੂਰਖ ਇਹ ਨਹੀਂ ਜਾਣਦਾ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਐਸੇ ਸਮਰੱਥ ਨੇ, ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ, ਸਤਿਗੁਰੂ ਤੇ ਐਸੇ ਸਮਰੱਥ ਹਨ, ਕੀੜਾ ਥਾਪ ਦੇ ਪਾਤ ਸਾਹੀ ਲਸਕਰ ਕਰੇ। ਇਹ ਸਮਰੱਥਾ ਹੈ ਮਹਾਰਾਜ ਦੀ, ਜੇ ਕੀੜੇ ਵਰਗੇ ਕਿਸੇ ਨਤਾਣੇ ਵਿੱਚ ਮਹਾਰਾਜ ਆਪਣਾ ਬਖਸ਼ਿਸ਼ ਵਾਲਾ ਹੱਥ ਹੀ ਰੱਖ ਦੇਣ, ਤੇ ਉਹਨੂੰ ਏਡਾ ਵੱਡਾ ਸਮਰੱਥ ਬਣਾ ਦਿੰਦੇ ਕਿ ਉਹ ਲੱਖਾਂ ਦੀ ਗਿਣਤੀ ਵਿੱਚ ਫੌਜ ਨਾਸ ਕਰ ਸਕਦਾ ਹੈ। ਇੰਨੀ ਬਖਸ਼ਿਸ਼ ਮਹਾਰਾਜ ਦੇ ਥਾਪੜੇ ਦੇ ਵਿੱਚ ਹੈ, ਪਰ ਗੁਰਮੁਖੋ ਬਖਸ਼ਿਸ਼ ਨੂੰ ਵੀ ਤੇ ਉਹ ਵੀ ਜਾਣਦਾ ਨਾ ਜਿੱਤੇ ਕਿਰਪਾ ਹੋਵੇ, ਬਿਨਾਂ ਕਿਰਪਾ ਤੋਂ ਬਖਸ਼ਿਸ਼ ਨਹੀਂ ਜਾਣੀ ਜਾਂਦੀ ਹੈ। ਭਾਵੇਂ ਉਹ ਕੋਈ ਆਪਣਾ ਹੋਵੇ ਤੇ ਭਾਵੇਂ ਬਗਾਨਾ ਹੋਵੇ। ਆਪਾਂ ਤੇ ਵਜ਼ੀਰ ਖਾਨ ਦੀ ਗੱਲ ਕਰਦੇ ਵੀ ਮੂਰਖ ਨੂੰ ਪਤਾ ਨਹੀਂ ਮਹਿਮਾ ਦਾ, ਤੇ ਥੋੜ੍ਹੇ ਦਿਨ ਪਹਿਲਾਂ ਆਪਾਂ ਬਚਨ ਸਰਵਣ ਕੀਤਾ ਸੀ, ਦੁਨੀ ਚੰਦ ਵੀ ਤੇ ਗੁਰੂ ਘਰ ਹੀ ਰਹਿੰਦਾ ਹੈ, ਤੇ ਗੁਰੂ ਦੀ ਬਖਸ਼ਿਸ਼ ਦਾ ਤੇ ਉਹਨੂੰ ਵੀ ਨਹੀਂ ਪਤਾ ਕਿੰਨਾ ਸਮਾਂ ਗੁਰੂ ਘਰ ਰਿਹਾ, ਕਿੰਨਾ ਸਮਾਂ ਗੁਰੂ ਘਰ ਦੇ ਵਿੱਚ ਇਹਨੇ ਆਪਣੀਆਂ ਲੋੜਾਂ ਪੂਰੀਆਂ ਕੀਤੀਆਂ, ਸੁੱਖ ਸੁਵਿਧਾ ਸਾਰੀਆਂ ਲਈਆਂ। ਪਰ ਜਦੋਂ ਮਹਾਰਾਜ ਨੇ ਆਖਿਆ ਹਾਥੀ ਨਾਲ ਲੜਨਾ, ਪਰ ਉਹਦੇ ਮਨ ਵਿੱਚ ਕਿਤੇ ਇਹ ਗੱਲ ਆਈ ਨਹੀਂ ਵੀ ਬਖਸ਼ਿਸ਼ ਤੇ ਮਹਾਰਾਜ ਦੀ ਹੈ, ਮੈਂ ਤੇ ਕੇਵਲ ਇੱਕ ਜ਼ਰੀਆ ਬੰਨਾ ਹੈ, ਮੇਰਾ ਤੇ ਇੱਕ ਕੇਵਲ ਨਾਮ ਹੋਣਾ ਕਰਨਾ ਤੇ ਮਹਾਰਾਜ ਨੇ ਨਹੀਂ, ਉਹਦੇ ਮਨ ਵਿੱਚ ਵੀ ਇਹ ਗੱਲ ਨਹੀਂ ਆਈ। ਬਚਨ ਇਹ ਹੈ ਵਜ਼ੀਰ ਖਾਨ ਤੇ ਚਲੋ ਮੰਨ ਲਓ ਵੀ ਮਹਾਰਾਜ ਦੇ ਕੋਲ ਪਹਿਲੀ ਵਾਰੀ ਜੰਗ ਕਰਨ ਆਇਆ, ਦੂਸਰੇ ਮਤ ਦਾ ਵਿਅਕਤੀ ਹੈ, ਵਿਰੋਧੀ ਹੈ, ਦੁਸ਼ਮਣ ਹੈ, ਮਹਾਰਾਜ ਦੀ ਮਹਿਮਾ ਨੂੰ ਨਹੀਂ ਜਾਣਿਆ, ਪਰ ਦੁਨੀ ਚੰਦ ਵਰਗੇ ਤੇ ਕੋਲ ਹੀ ਰਹਿੰਦੇ ਸਨ ਮਹਾਰਾਜ ਦੇ, ਨਾਲੇ ਸਿੱਖ ਵੀ ਸਨ, ਜੱਦੀ ਪੁਸ਼ਤੀ ਪੀੜ੍ਹੀ ਦਰ ਪੀੜ੍ਹੀ। ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ ਇਹਨਾਂ ਨੂੰ ਸਿੱਖੀ ਮਿਲੀ ਸੀ ਦੁਨੀ ਚੰਦ ਵਰਗਿਆਂ, ਅਤੇ ਮਹਿਮਾ ਦੀ ਉਹ ਨਹੀਂ ਜਾਣ ਸਕਿਆ ਵੀ ਮਹਾਰਾਜ ਸਮਰੱਥ ਨੇ, ਇਹ ਤੇ ਸਿਰ 'ਤੇ ਮਿਹਰ ਦਾ ਹੱਥ ਰੱਖ ਦੇਣਗੇ ਤੇ ਕੀ ਨਹੀਂ ਹੋ ਸਕਦਾ ਹੈ। ਪਰ ਗੁਰਮੁਖੋ ਗੁਰੂ ਦੀ ਮਹਿਮਾ ਨੂੰ ਵੀ ਉਹ ਹੀ ਜਾਣ ਸਕਦਾ ਹੈ ਜਿਹੜਾ ਇਸ ਮਹਿਮਾ ਦਾ ਪਾਤਰ ਹੋਵੇ, ਜਿਹੜਾ ਉਸ ਬਖਸ਼ਿਸ਼ ਦੇ ਯੋਗ ਹੋਵੇ, ਉਹਨੂੰ ਹੀ ਪਤਾ ਲੱਗਦਾ ਹੈ, ਦੂਜੇ ਨੂੰ ਨਹੀਂ ਪਤਾ ਲੱਗਦਾ ਹੈ। ਸੋ ਐਸੀ ਮਹਿਮਾ ਹੈ। ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਕਹਿਣ ਲੱਗੇ
ਇਹ ਮੂਰਖ ਵਜ਼ੀਰ ਖਾਨ ਮਹਾਰਾਜ ਦੀ ਮਹਿਮਾ ਨੂੰ ਸਮਝਦਾ ਨਹੀਂ ਹੈ। ਭੀਮ ਚੰਦ ਕਹਿਲੂਰੀ ਗਇਓ, ਇਹਨੇ ਚਿੰਨ ਨੂੰ ਭੀਮ ਚੰਦ ਰਾਜਾ ਕਹਿਲੂਰ ਦਾ ਜਿਹਦੀ ਇਹ ਸਾਰੀ ਅੱਗ ਲਾਈ ਹੋਈ ਹੈ, ਜਿਹਦੇ ਕਰਕੇ ਜੰਗ ਹੋ ਰਿਹਾ, ਇਹ ਰਾਜਾ ਚਲੇ ਗਿਆ ਹੈ। ਭੂਪ ਚੰਦ ਹੰਡੂਰੀ ਲਹਿਓ, ਨਾਲ ਇਹਨੇ ਭੂਪ ਚੰਦ ਹੰਡੂਰੀਆ ਰਾਜਾ ਉਸਨੂੰ ਲੈ ਲਿਆ ਹੈ। ਮਿਲੇ ਜਾਏ ਝੁੱਕ ਕਰੀ ਸਲਾਮ, ਇਹਨਾਂ ਨੇ ਜਾ ਕੇ ਉਸਨੂੰ ਸਲਾਮ ਕੀਤੀ, ਵੇਖਿਆ ਵੀ ਇਹ ਤੇ ਡਰ ਗਿਆ ਹੈ, ਕਿਤੇ ਇਹ ਨਾ ਹੋਵੇ ਇਹ ਵਜ਼ੀਰ ਖਾਨ ਫੌਜੀ ਆਪਣੀ ਵਾਪਸ ਲੈ ਜਾਵੇ, ਸਾਡਾ ਕੰਮ ਕਿਤੇ ਵਿੱਚ ਹੀ ਨਾ ਰਹਿ ਜਾਵੇ। ਆਪਣੇ ਪ੍ਰਯੋਜਨ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਇਹ ਚਲੇ ਗਏ ਦੋਨੇ ਜਾਣੇ, ਫਿਰ ਚਾਪਲੂਸੀ ਕਰਨ ਵਾਸਤੇ ਨਾਲੇ ਉਸਨੂੰ ਹੌਸਲਾ ਦੇਣ ਵਾਸਤੇ ਇਹਨਾਂ ਦੋਨਾਂ ਰਾਜਿਆਂ ਨੇ ਜਾ ਕੇ ਸੂਬੇਦਾਰ ਨੂੰ ਨਮਸਕਾਰ ਕੀਤੀ ਹੈ। ਆਖਿਓ ਗੁਰ ਅਹਿਵਾਲ ਤਮਾਮ, ਉਸ ਵੇਲੇ ਆਖਿਆ ਕਹਿਣ ਲੱਗੇ ਭਾਖਿਓ ਗੁਰ ਅਹਿਵਾਲ, ਗੁਰੂ ਦਾ ਜਿਹੜਾ ਜੋ ਵੀ ਕੋਈ ਸੀ ਨਾ ਇਹਨਾਂ ਨਾਲ ਪਹਿਲਾਂ ਵਾਪਰਿਆ, ਜਿਵੇਂ ਇਹਨਾਂ ਨਾਲ ਜੰਗ ਹੋਏ, ਜਿਵੇਂ ਇਹਨਾਂ ਨੂੰ ਹਾਰ ਪ੍ਰਾਪਤ ਹੋਈ, ਗੁਰੂ ਦੀ ਸੂਰਮਤਾਈ, ਸਿੱਖਾਂ ਦੀ ਸੂਰਮਤਾਈ, ਬਹਾਦਰੀ, ਇਹ ਸਾਰੀ ਫਿਰ ਇਹਨਾਂ ਦੋਨਾਂ ਜਾਣਿਆਂ ਨੇ ਜਾ ਕੇ ਸੁਣਾਈ ਸੂਬੇਦਾਰ ਨੂੰ। ਕਹਿਣ ਲੱਗੇ ਸੂਬੇਦਾਰ, ਮਹਾਰਾਜ ਨੂੰ ਔਰ ਉਹਦੀ ਫੌਜ ਨੂੰ ਮਾੜਾ ਨਾ ਸਮਝ ਬੈਠੀ ਕਿਤੇ, ਵੀ ਇਹ ਐਵੇਂ ਹੀ ਨੇ, ਚਲੋ ਜਦੋਂ ਮਰਜ਼ੀ ਮਾਰ ਕੇ ਖਤਮ ਕਰ ਦੇਂਗੇ, ਬੜੇ ਬੜੇ ਵੱਡੇ ਬਹਾਦਰ ਨੇ। ਫਿਰ ਦੱਸਿਆ ਇਹਨਾਂ ਨੇ ਸਾਰਾ ਜਿਹੜਾ ਹਾਲ ਆਪਣਾ, ਵੀ ਸਾਡੇ ਨਾਲ ਕਿਵੇਂ ਜੰਗ ਹੋਇਆ ਸੀ, ਹਾਥੀ ਕਿਵੇਂ ਮਾਰਿਆ, ਸਾਨੂੰ ਕਿਵੇਂ ਭਜਾਇਆ, ਅਸੀਂ 300,000 ਦੀ ਫੌਜ ਲੈ ਕੇ ਘੇਰਾ ਪਾਇਆ ਆਨੰਦਪੁਰ ਸਾਹਿਬ ਨੂੰ, ਪਰ ਸਾਨੂੰ ਕਾਮਯਾਬੀ ਨਹੀਂ ਮਿਲੀ। ਉਹ ਸਾਰੀਆਂ ਗੱਲਾਂ ਜਿਹੜੀਆਂ ਪਹਿਲਾਂ ਹੋ ਚੁੱਕੀਆਂ ਉਹ ਇਹਨਾਂ ਰਾਜਿਆਂ ਨੇ ਇਸ ਸੂਬੇਦਾਰ ਨੂੰ ਦੱਸੀਆਂ ਹਨ। ਸੂਰਮਾ ਅਤ ਧਨ ਧਾਰੀ, ਮਹਾਰਾਜ ਸਾਹਿਬ ਜੀ ਬਹੁਤ ਵੱਡੇ ਸੂਰਮੇ ਨੇ ਔਰ ਧਨ ਧਾਰੀ, ਧਨ ਤੋਂ ਭਾਵ ਹੁੰਦਾ ਗੁਰਮੁਖੋ ਧਨੁੱਖ, ਇਹ ਦੱਸਦੇ ਪੈ। ਕਹਿਣ ਲੱਗੇ ਮਹਾਰਾਜ, ਬੜੇ ਵੱਡੇ ਧਨੁੱਖ ਨੂੰ ਚਲਾਉਣ ਵਾਲੇ, ਤੀਰ ਕਮਾਨ ਨੂੰ ਚਲਾਉਣ ਵਾਲੇ ਨੇ, ਸਤਿਗੁਰਾਂ ਦਾ ਕੋਈ ਮੇਲ ਨਹੀਂ ਹੈ ਕਿਸੇ ਦੇ ਨਾਲ, ਕੋਈ ਵੀ ਉਸ ਵੇਲੇ ਦਾ ਸੂਰਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਤੀਰ ਅੰਦਾਜ਼ ਨਹੀਂ ਹੈ। ਮਹਾਰਾਜ ਦੇ ਐਸੇ ਭਿਅੰਕਰ ਤੀਰ ਸਨ ਜਿਹੜੇ ਦੂਰ ਤੱਕ ਜਾਂਦੇ ਔਰ ਕਦੇ ਨਿਸ਼ਾਨੇ ਤੋਂ ਨਹੀਂ ਸਨ ਉਕਦੇ। ਇਹਨਾਂ ਨੇ ਦੱਸੀ ਫਿਰ ਮਹਾਰਾਜ ਦੀ ਸਿਫਤ, ਵੀ ਭੰਗਾਣੀ ਦੇ ਜੰਗ ਵਿੱਚ ਮਹਾਰਾਜ ਕਿਵੇਂ ਲੜੇ, ਕਿਵੇਂ ਉਹਨਾਂ ਨੇ ਤੀਰ ਚਲਾਏ, ਔਰ ਇਸੇ ਤਰ੍ਹਾਂ ਹੋਰ ਜਿਹੜੇ ਜੰਗ ਹੋਏ ਉੱਥੇ ਮਹਾਰਾਜ ਕਿਵੇਂ ਲੜੇ। ਮਹਾਰਾਜ ਦੀ ਸੂਰਮਤਾਈ, ਅਤੇ ਗੁਰਮੁਖੋ ਸੂਰਮਤਾਈ ਉਹੀ ਹੁੰਦੀ ਹੈ ਜਿਹੜਾ ਦੁਸ਼ਮਣ ਸੂਰਮਤਾਈ ਦੇ ਗੁਣ ਗਾਵੇ। ਸੂਰਮਤਾਈ ਉਹ ਹੈ ਆਪਣੇ ਕੋਲੋਂ ਅਤੇ ਆਪਣੇ ਆਪ ਨੂੰ ਕਹਿ ਦੇਣਾ ਕਿ ਮੈਂ ਸੂਰਮਾ, ਉਹ ਗੱਲ ਨਹੀਂ ਬਣਦੀ ਹੈ। ਦੁਸ਼ਮਣ ਇਹ ਗੱਲ ਕਹੇ ਕਿ ਸੂਰਮਾ, ਗੱਲ ਤਾਂ ਬਣਦੀ ਹੈ। ਹੁਣ ਦੁਸ਼ਮਣ ਇਹ ਗੱਲ ਕਹਿੰਦੇ ਪੈ, ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰਾਂ ਦਾ ਸਾਹਮਣਾ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਮਹਾਰਾਜ ਬੜੇ ਵੱਡੇ ਸੂਰਮੇ ਹਨ। ਅਮਨਿਤ ਕਰਤ ਰਹੇ ਰਣ ਭਾਰੀ, ਅਸੀਂ ਗੁਰੂ ਦੇ ਨਾਲ ਬੜਾ ਜੰਗ ਕਰਦੇ ਰਹੇ ਹਾਂ। ਕਾਢ ਅਨੰਦਪੁਰ ਬਾਹਰ ਲਿਆਏ, ਅਸੀਂ ਗੁਰੂ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਕੱਢ ਕੇ ਲਿਆਏ ਹਾਂ। ਪਰ ਗੁਰਮੁਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੀ ਫੌਜ ਦੇ ਬਲ ਦੇ ਨਾਲ ਨਹੀਂ ਬਾਹਰ ਕੱਢ ਕੇ ਲਿਆਏ, ਜਿਵੇਂ ਇੱਥੇ ਦੱਸਦੇ ਪਏ ਨਾ ਵੀ ਅਸੀਂ ਮਹਾਰਾਜ ਨੂੰ ਬਾਹਰ ਕੱਢ ਕੇ ਲਿਆਏ, ਇਹ ਆਪਣੀ ਫੌਜ ਦੇ ਤਾਕਤ ਨਾਲ ਨਹੀਂ ਇਹਨਾਂ ਨੇ ਬਾਹਰ ਕੱਢਿਆ। ਇਹਨਾਂ ਨੇ ਮਹਾਰਾਜ ਦੇ ਨਾਲ ਇਹ ਗੱਲ ਕਹੀ ਕਿ ਆਹ ਤੁਹਾਨੂੰ ਗਾਂ ਦੀ ਸੌਂ ਲੱਗੇ, ਗਾਂ ਦੀ ਸੌਂ ਲੱਗੇ, ਤੁਸੀਂ ਇੱਕ ਵਾਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਬਾਹਰ ਚਲੇ ਜਾਓ, ਧਰਮ ਦੀ ਸੌਂ ਦੇ ਕੇ। ਅਤੇ ਸੌਂ ਜਿਹੜੀ ਹੈ ਉਹ ਜਦੋਂ ਮਹਾਰਾਜ ਦੇ ਕੋਲ ਪਹੁੰਚੀ ਤਾਂ ਸਤਿਗੁਰੂ ਕਹਿਣ ਲੱਗੇ, ਚਲੋ ਫਿਰ ਖਾਲਸਾ ਜੀ ਆਪਾਂ ਅਨੰਦਪੁਰ ਸਾਹਿਬ ਇੱਕ ਵਾਰੀ ਛੱਡੀਏ। ਅਤੇ ਖਾਲਸੇ ਨੇ ਬੇਨਤੀ ਕੀਤੀ, ਮਹਾਰਾਜ ਇਹ ਲੋਕ ਸਾਡੇ ਨਾਲ ਧੋਖਾ ਕਰਦੇ ਪਏ, ਚਲਾਕੀ ਕਰਦੇ ਪਏ, ਇਸ ਤਰ੍ਹਾਂ ਤਾਂ ਆਪਾਂ ਕਿਸੇ ਨੂੰ ਵੀ ਕਹਿ ਦੇਣਾਂਗੇ ਵੀ ਤੈਨੂੰ ਫਲਾਣੀ ਸੌਂ ਲੱਗੇ, ਤੂੰ ਆਪਣਾ ਘਰ ਛੱਡ ਦੇ। ਆਪਣਾ ਘਰ ਕੌਣ ਛੱਡੇ ਮਹਾਰਾਜ, ਇਹ ਸਾਡਾ ਘਰ ਹੈ। ਕੱਲ੍ਹ ਨੂੰ ਜੇ ਆਪਾਂ ਪਹਾੜੀ ਰਾਜਿਆਂ ਨੂੰ ਆਖੀਏ ਤੁਹਾਨੂੰ ਸੌਂ ਲੱਗੇ, ਆਪਣਾ ਰਾਜ ਛੱਡ ਦਿਓ, ਛੱਡ ਥੋੜ੍ਹੀ ਦੇਣਗੇ। ਅਤੇ ਮਹਾਰਾਜ ਕਹਿਣ ਲੱਗੇ, ਖਾਲਸਾ ਜੀ ਇਹ ਸਾਡੇ ਵਿੱਚ ਅਤੇ ਉਹਨਾਂ ਵਿੱਚ ਇਹੋ ਹੀ ਫਰਕ ਹੈ, ਅਸੀਂ ਧਾਰਮਿਕ ਹਾਂ, ਧਰਮ ਦੀ ਗੱਦੀ 'ਤੇ ਬੈਠੇ ਹਾਂ, ਧਰਮ ਦਾ ਸਤਿਕਾਰ ਕਰਨਾ ਸਾਡੇ ਵਾਸਤੇ ਅਤਿਅੰਤ ਜ਼ਰੂਰੀ ਹੈ। ਜੇ ਇਹਨਾਂ ਲੋਕਾਂ ਨੇ ਧਰਮ ਦਾ ਆਸਰਾ ਲਿਆ, ਸਾਨੂੰ ਉਹ ਧਰਮ ਪਾਲਣਾ ਚਾਹੀਦਾ। ਗੁਰਮੁਖੋ, ਧਰਮ ਦੀ ਸਹੁੰ ਖਾਣ ਵਾਲੇ ਜਿਨ੍ਹਾਂ ਨੇ ਗਾਂ ਨੂੰ ਮਾਂ ਆਖਿਆ, ਉਹ ਗਾਂ ਨੂੰ ਮਾਂ ਬਣਾ ਕੇ ਫਰੇਬ ਕਰਦੇ ਪਏ, ਧੱਕਾ ਕਰਦੇ ਪਏ, ਛਲ ਕਰਦੇ ਪਏ, ਅਤੇ ਜਿਨ੍ਹਾਂ ਨੂੰ ਗਾਂ ਨੂੰ ਮਾਂ ਨਹੀਂ ਵੀ ਆਖਿਆ, ਉਹ ਧਰਮ ਨੂੰ ਮੰਨਣ ਵਾਲੇ, ਫਿਰ ਵੀ ਦੂਜੇ ਦੇ ਧਰਮ ਦਾ ਸਤਿਕਾਰ ਕਰਦੇ ਪਏ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਿਲੱਖਣਤਾ ਹੈ। ਰੋ ਵਿਚਾਰ, ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਛੱਡ ਕੇ ਨਰਮੋਹਗੜ੍ਹ ਸਾਹਿਬ ਦੇ ਸਥਾਨ 'ਤੇ ਤਾਂ ਪਹੁੰਚੇ ਸਨ
क्योंकि इन्होंने गां की सहु खा के आख्या भी आप जी चले जाओ। ये हुण दसदे पए ने वजीर खान भी महाराज नूं असीं बाहर कढ के लियाए, पर बाहर धक्के नाल थोड़ी कढ के लियाए, जां अपने जोर दे नाल जां जंग दे नाल थोड़ी बाहर कढ़िया, बाहर ते तरला कढ के कढ़िया मिन्नत करके भी महाराज चले जाओ। पर इत्थे अपनी सूरमता ही विखा रहे ने भी असीं इस तरह महाराज नूं बाहर लियाए। हाँ हुण आपां महाराज नूं फड़ लैणा, इत्थों हुण आपां नूं महाराज नूं भज्जन नहीं देना, जान नहीं देना है। हजरत के समीप पहुंचावे, गुरू गोबिंद सिंह नूं गिरफ्तार करांगे, ते फिर जिहड़ा औरंगजेब बादशाह है उहदे कोल महाराज जी नूं भेजिया जाएगा। पवन चिंत होवे दिवस बतावे, जदों बादशाह औरंगजेब दे कोल गुरु गोबिंद सिंह चले जाणगे फिर बादशाह इन्हां नूं जां ते कतल कर देवेगा जां पक्का ही कैद विच किते सुट देवेगा, फिर असीं निश्चिंत हो जावांगे, साडियां चिंतावां सारियां उतर जाणगियां, सारे फिकर साडे लह जाणे हन। कहियो वजीर खान रिप संग, उस वेले इह गल्लां सारियां सुणियां राजयां दियां, वजीर खान ने सरहंद दे सूबेदार ने सुण के ते फिर अगों कहण लगा है, कहियो अज भी दीर्घ जंग, कहण लगा इह ते गल तुहाडी वाकई बड़ी ठीक है, अज बड़ा वड्डा जंग इन्हां ने मेरे नाल और मेरी फौज नाल कीता है। तुम तन दे कर लरा ना कोई, अते तुम तन दे, हुण इन्हां नूं झिड़कदा भी पिया, कहण लगा मैं अपनी फौज मरावां। वजीर खान कह रहा मेरी फौज अगे होके मरे, मैं अगे होके लड़ा, मैं तुहाडी मदद वास्ते आया ते तुसीं पिछे होके बैठे हो, तुसीं क्यों नहीं लड़दे अगे आ, तुसीं अपना तन क्यों नहीं अगे डाउंदे, तुसीं अपनी फौज अगे क्यों नहीं करदे। क्योंकि वजीर खान भी समझदा पिया ना फौज मेरी मरदी है, नुकसान मेरा हो रहा, राज इन्हां दा इन्हां नूं मिलना है। हुण वजीर खान ने झिड़किया है, कहन लगा तुसीं पिछे जा के मेला वेखदे पए हो कि जंग हो रहा, जंग हो रहा, तुसीं जंग दे विच आ के क्यों नहीं तन दा के लड़दे। ये गल वजीर खान ने आखी है, अपन चमू मैं सगरी ढोई, मैं अपनी सारी फौज ला दित्ती है लड़न वास्ते, ते तुहाडी फौज कित्थे है, तुसीं कित्थे बैठे, ਤੁਸੀਂ ਪਿੱਛੇ ਜਾ ਕੇ ਕੋਈ ਨੁੱਕਰ ਮੱਲ ਕੇ ਉੱਥੇ ਖੜ੍ਹੇ ਹੋਏ, ਇਸ ਤਰ੍ਹਾਂ ਕੀਤੀਆਂ ਜੰਗ ਨਹੀਂ ਜਿੱਤੇ ਜਾਂਦੇ, ਮੈਂ ਆਪਣੀ ਸਾਰੀ ਫੌਜ ਢੋ ਦਿੱਤੀ ਹੈ। ਮਰੇ ਸੈਂਕਰੇ ਸੁਭਟ ਤੁਰੰਗ, ਮੇਰੇ ਹਜ਼ਾਰਾਂ ਹੀ ਸਿਪਾਹੀ ਮਰ ਗਏ ਨੇ ਔਰ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਘੋੜੇ ਵੀ ਮਰ ਗਏ ਨੇ, ਮੇਰਾ ਨੁਕਸਾਨ ਹੋਇਆ, ਆਪਣੀ ਫੌਜ ਵੀ ਮਰਵਾ ਬੈਠਾ, ਆਪਣੇ ਘੋੜੇ ਵੀ ਮਰਵਾਏ ਹਨ, ਅਰੇ ਹਜ਼ਾਰੋਂ ਘਾਇਲ ਅੰਗ, ਤੇ ਕਈ ਮੇਰੇ ਸੂਰਮੇ ਇਸ ਵੇਲੇ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਵੀ ਕਰਨਾ ਪਵੇਗਾ, ਹੋ ਸਕਦਾ ਉਹ ਬਚਣਗੇ ਕਿ ਮਰਨਗੇ ਕੋਈ ਪਤਾ ਨਹੀਂ, ਮੇਰੇ ਬਹੁਤੇ ਸੂਰਮੇ ਜ਼ਖਮੀ ਵੀ ਹੋਏ ਪਏ ਹਨ। ਬੈਠ ਮੋਰਚਨ ਮਾਰ ਮਚਾਈ, ਤੇ ਮੋਰਚਿਆਂ ਦੇ ਵਿੱਚ ਬੈਠ ਕੇ ਅਸੀਂ ਏਡੀ ਵੱਡੀ ਮਾਰ ਮਚਾਈ ਹੈ, ਅਮਦਾਨ ਸਨਮੁਖ ਬੌਕਾਈ, ਅਤੇ ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਦੇ ਸੂਰਮਿਆਂ ਨੇ ਸਾਹਮਣੇ ਹੋ ਕੇ ਬੜਾ ਵੱਡਾ ਜੰਗ ਕਰਕੇ ਮੇਰੀ ਫੌਜ ਨੂੰ ਮੇਰੇ ਘੋੜਿਆਂ ਨੂੰ ਮਾਰਿਆ ਹੈ। ਨਹੀਂ ਪ੍ਰਾਤ ਕੋ ਪਾਵੇ ਜੰਗ, ਅਤੇ ਇਸੇ ਤਰ੍ਹਾਂ ਕੱਲ੍ਹ ਨੂੰ ਜੰਗ ਜਿਹੜੀ ਹੈ ਇਹ ਮੇਰੇ ਸੂਰਮੇ ਕਿਵੇਂ ਕਰਨਗੇ, ਅੱਜ ਦਾ ਜੰਗ ਤੇ ਹੋ ਗਿਆ ਪਰ ਕੱਲ੍ਹ ਨੂੰ ਫਿਰ ਸਮਾਂ ਆਉਣਾ ਹੈ। ਸੰਭਾਰੈ ਮ੍ਰਿਤ ਘਾਇਲ ਅੰਗ, ਕੱਲ੍ਹ ਨੂੰ ਮੈਂ ਆਪਣੀ ਜੰਗ ਕਰਾਂ ਜਾਂ ਆਪਣੇ ਜਿਹੜੇ ਜ਼ਖਮੀ ਹੋ ਗਏ ਸੂਰਮੇ ਉਹਨਾਂ ਨੂੰ ਸਾਂਭਾਂ, ਮੈਂ ਕਿਹੜੇ ਬੰਨੇ ਕੀ ਕਰਾਂ। ਵਜ਼ੀਰ ਖਾਨ ਕਹਿ ਰਿਹਾ ਕੱਲ੍ਹ ਨੂੰ ਮੈਂ ਜੰਗ ਕਰਾਂਗਾ ਜਾਂ ਮੈਂ ਕੱਲ੍ਹ ਨੂੰ ਆਪਣੇ ਜਿਹੜੇ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਚੁੱਕਾਂ ਜਾਂ ਜਿਹੜੇ ਮੇਰੇ ਮਰ ਗਏ ਨੇ ਜੰਗ ਦੇ ਵਿੱਚ ਉਹਨਾਂ ਨੂੰ ਚੁੱਕਾਂ, ਕੱਲ੍ਹ ਨੂੰ ਜੰਗ ਦਾ ਕੀ ਬੰਨਾ ਹੈ। ਪਰਸੋਂ ਦੇਹ ਜੋਰ ਬੋਲਰੈ, ਅਤੇ ਪਰਸੋਂ ਫਿਰ ਮੈਂ ਲੜਾਂਗਾ, ਹੁਣ ਕੱਲ੍ਹ ਦੀ ਮੈਨੂੰ ਛੁੱਟੀ ਚਾਹੀਦੀ ਹੈ। ਵਜ਼ੀਰ ਖਾਨ ਪਿੱਛੇ ਹਟ ਗਿਆ ਜੰਗ ਦੇ ਵਿੱਚੋਂ, ਅੱਜ ਵੱਡਾ ਜੰਗ ਹੋਇਆ, ਬੜੀ ਫੌਜ ਮਰੀ ਹੈ, ਕੱਲ੍ਹ ਨੂੰ ਮੈਂ ਜੰਗ ਨਹੀਂ ਕਰਾਂਗਾ, ਕੱਲ੍ਹ ਨੂੰ ਮੈਂ ਆਪਣੇ ਫੱਟੜ ਸੂਰ ਮੈਂ ਚੁੱਕਾਂਗਾ, ਉਹਨਾਂ ਦਾ ਇਲਾਜ ਦਾਰੂ ਕਰਾਂਗਾ, ਜਿਹੜੇ ਮਰ ਗਏ ਨੇ ਉਹਨਾਂ ਨੂੰ ਕਬਰਾਂ ਵਿੱਚ ਦਫਨਾਵਾਂਗਾ ਔਰ ਫਿਰ ਇਹ ਜੰਗ ਪਰਸੋਂ ਅੱਗੇ ਕਰਾਂਗੇ। ਚੁਗਿਰਦੇ ਗਹਿਬੋ ਕਰੇ, ਅਤੇ ਇਸੇ ਤਰ੍ਹਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਰਸੋਂ ਆਪਾਂ ਚਾਰ ਛਫੇਰਿਓਂ ਘੇਰ ਕੇ ਜੰਗ ਕਰਾਂਗੇ। ਬੋਲਿਓ ਭੂਪ ਚੰਦ ਹੰਡੂਰੀ, ਉਸ ਵੇਲੇ ਗੱਲ ਸੁਣ ਕੇ ਭੂਪ ਚੰਦ ਰਾਜਾ ਹੰਡੂਰੀਆ ਕਹਿਣ ਲੱਗਾ, ਬਰਾਬਰ ਕਰੀ ਵਾਰਤਾ ਰੂਰੀ, ਕਹਿਣ ਲੱਗਾ ਜੀ ਤੁਸੀਂ ਬੜੀ ਚੰਗੀ ਗੱਲ ਕੀਤੀ ਹੈ, ਜਿਹੜੇ ਚਾਪਲੂਸ ਲੋਕ ਹੁੰਦੇ ਨਾ ਗੁਰਮੁਖ ਉਹਨਾਂ ਦਾ ਕੋਈ ਸਟੈਂਡ ਨਹੀਂ ਹੁੰਦਾ, ਨਾ ਉਹਨਾਂ ਦੀ ਕੋਈ ਆਪਣੀ ਮੱਤ ਹੁੰਦੀ ਹੈ, ਨਾ ਉਹਨਾਂ ਨੇ ਕਿਸੇ ਫੈਸਲੇ 'ਤੇ ਖਲੋਣਾ ਹੁੰਦਾ, ਉਹਨਾਂ ਦੇ ਬਸ ਪੂਛ ਲਾਉਣੀ ਹੁੰਦੀ ਹੈ ਹਰ ਕੰਮ ਦੇ ਵਿੱਚ। ਹੁਣ ਜੇ ਇਹਨੇ ਇਹ ਗੱਲ ਕਹਿਤੀ ਨਾ ਸਰਹੰਦ ਦੇ ਸੂਬੇਦਾਰ ਨੇ ਪਰਸੋਂ ਜੰਗ ਕਰਾਂਗਾ, ਅਤੇ ਰਾਜਾ ਉਸੇ ਵੇਲੇ ਚਾਪਲੂਸੀ 'ਤੇ ਉਤਰ ਆਇਆ, ਬੱਲੇ ਬੱਲੇ ਬੜਾ ਹੀ ਸੋਹਣਾ ਫੈਸਲਾ ਕੀਤਾ, ਬੜਾ ਹੀ ਚੰਗਾ ਫੈਸਲਾ ਕੀਤਾ। ਉੱਥੇ ਇਹ ਗੱਲ ਨਹੀਂ ਕਹੀ ਹੈ ਵੀ ਤੁਸੀਂ ਕੱਲ੍ਹ ਨੂੰ ਆਪਣੇ ਸਿਪਾਹੀ ਸਾਂਭ ਲਓ, ਚੱਲ ਕੱਲ੍ਹ ਨੂੰ ਅਸੀਂ ਮੋਰਚਾ ਲਾਉਂਦੇ ਹਾਂ, ਕੱਲ੍ਹ ਨੂੰ ਅਸੀਂ ਲੜਾਂਗੇ, ਨਹੀਂ,
ਅਸੀਂ ਲੜਨ ਜੋਗੇ ਨਹੀਂ, ਅਸੀਂ ਲੜਾ ਕੇ ਤਮਾਸ਼ਾ ਵੇਖਣ ਵਾਲੇ ਹਾਂ। ਹੁਣ ਚਾਪਲੂਸੀ ਕਰਦੇ ਪਏ, ਕਹਿਣ ਲੱਗੇ ਬੜੀ ਚੰਗੀ ਗੱਲ ਕੀਤੀ ਹੈ, ਕੱਲ ਨੂੰ ਆਪਾਂ ਆਰਾਮ ਕਰੀਏ, ਫਿਰ ਪਰਸੋਂ ਲੜਾਂਗੇ, ਬੜੀ ਚੰਗੀ ਗੱਲ ਆਖੀ ਹੈ। ਮਾਲਕ ਹਮਰੇ ਅਬ ਆਏ, ਤੁਸੀਂ ਸਾਡੇ ਮਾਲਕ ਹੋ, ਅਸੀਂ ਤੁਹਾਡੇ ਹਾਂ ਗੁਲਾਮ। ਇਸ ਤਰ੍ਹਾਂ ਕਹਿ ਕਹਿ ਕੇ ਇਹਨਾਂ ਨੇ ਗੁਲਾਮੀ ਆਪਣੇ ਗਲ ਵਿੱਚ ਪਵਾਈ ਹੈ। ਕਹਿਣ ਲੱਗੇ ਵਜ਼ੀਰ ਖਾਨ, ਤੂੰ ਸਾਡਾ ਮਾਲਕ ਹੈ, ਅਸੀਂ ਤੇਰੇ ਗੁਲਾਮ ਹਾਂ, ਜਿਵੇਂ ਤੈਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਕਰ, ਸੁਧਾਰੋ ਕਾਜ ਸੁਹਾਏ। ਪਰ ਸਾਡੀ ਬੇਨਤੀ ਇਹ ਹੈ ਵੀ ਜੇ ਤੂੰ ਆ ਹੀ ਗਿਆ ਤੇ ਸਾਡਾ ਇਹ ਕਾਰਜ ਫਤਿਹ ਕਰਕੇ ਜਾਈ, ਇਹ ਨਾ ਹੋਵੇ ਪਰਸੋਂ ਤੂੰ ਆਪਣੀ ਫੌਜ ਲੈ ਕੇ ਸਰਹੰਦ ਨੂੰ ਤੁਰ ਜਾਵੇਂ, ਅਸੀਂ ਫਿਰ ਇੱਥੇ ਬਿਪਤਾ ਵਿੱਚ ਪੈ ਰਹੀਏ। ਹੁਣ ਜੇ ਤੁਸੀਂ ਆ ਹੀ ਗਏ ਹੋ ਤੇ ਇਹ ਸਾਡਾ ਕਾਰਜ ਜ਼ਰੂਰ ਸੁਧਾਰ ਦੇਣਾ, ਗੁਰੂ ਗੋਬਿੰਦ ਸਿੰਘ ਵਾਲਾ ਇਹ ਫਤਿਹ ਮੋਰਚਾ ਕਰਕੇ ਜਾਣਾ, ਇਸ ਤਰ੍ਹਾਂ ਰਾਜੇ ਆਖਦੇ ਹਨ। ਹੁਣ ਵਜ਼ੀਰ ਖਾਂ ਬੂਜ਼ਨ ਕਰੇ, ਉਸ ਵੇਲੇ ਵਜ਼ੀਰ ਖਾਂ ਨੇ ਫਿਰ ਪੁੱਛਿਆ, ਕਹਿਣ ਲੱਗਾ ਮੇਰਾ ਇੱਕ ਸਵਾਲ ਹੈ, ਜਿਹੜਾ ਸਵਾਲ ਹੈ ਉਹ ਦੱਸੋ। ਵਜ਼ੀਰ ਖਾਂ ਨੇ ਫਿਰ ਇਹਨਾਂ ਕੋਲੋਂ ਕੁਝ ਪੁੱਛਿਆ ਹੈ। ਗੁਰ ਵਿਰੋਧ ਕਹਿ ਕਾਰਨ ਪਰੇ, ਕਹਿਣ ਲੱਗਾ ਵੀ ਤੁਸੀਂ ਇਹ ਦੱਸੋ ਵੀ ਗੁਰੂ ਦੇ ਨਾਲ ਤੁਹਾਡਾ ਵਿਰੋਧ ਪਿਆ ਕਿਉਂ ਹੈ, ਹੁਣ ਕਾਰਨ ਕੀ ਹੈ ਤੁਹਾਡੇ ਵਿਰੋਧ ਪੈਣ ਦਾ, ਉਹ ਦੱਸੋ ਉਹਦਾ ਕਾਰਨ। ਇਹਨਾਂ ਨੇ ਦੱਸਣਾ ਤਾਂ ਨਹੀਂ ਹੈ, ਪਰ ਉਹਦਾ ਕਾਰਨ ਇਹ ਹੈ ਕਿ ਮਹਾਰਾਜ ਦੇ ਕੋਲ ਇੱਕ ਰਾਜੇ ਨੇ, ਇੱਕ ਰਾਜੇ ਦੇ ਪੁੱਤਰ ਨੇ, ਪਿੱਛੇ ਆਪਾਂ ਇਤਿਹਾਸ ਸਰਵਣ ਕੀਤਾ ਸੀ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਅਸਾਮ ਦਾ ਰਾਜਾ ਨਮਸਕਾਰ ਕਰਨ ਵਾਸਤੇ ਆਇਆ, ਬੇਨਤੀ ਕੀਤੀ ਮਹਾਰਾਜ ਪੁੱਤਰ ਨੇ ਕਿਰਪਾ ਕਰੋ। ਸਤਿਗੁਰਾਂ ਨੇ ਹੱਥ ਵਿੱਚ ਮੋਹਰ ਫੜੀ ਹੋਈ ਸੀ ਅਤੇ ਉਸ ਰਾਜੇ ਦੇ ਪੱਟ ਦੇ ਉੱਪਰ ਮੋਹਰ ਦਾ ਨਿਸ਼ਾਨ ਮਹਾਰਾਜ ਨੇ ਲਾਇਆ, ਬਚਨ ਆਖਿਆ ਤੇਰੇ ਘਰੇ ਪੁੱਤਰ ਹੋਵੇਗਾ, ਉਹਦੇ ਸਿਰ ਵਿੱਚ ਮੋਹਰ ਦਾ ਨਿਸ਼ਾਨ ਹੋਵੇਗਾ। ਸਤਿਗੁਰਾਂ ਦੇ ਬਚਨ ਪੂਰੇ ਹੋਏ, ਉਸ ਰਾਜੇ ਦੇ ਘਰ ਵਿੱਚ ਸਮਾਂ ਪਾ ਕੇ ਪੁੱਤਰ ਪ੍ਰਾਪਤ ਹੋਇਆ। ਜਦੋਂ ਕਿਤੇ ਉਹ ਪੁੱਤਰ ਵੱਡਾ ਹੋਇਆ, ਜਵਾਨ ਹੋਇਆ, ਉਹਦਾ ਬਾਪ 'ਤੇ ਚੜ੍ਹਾਈ ਕਰ ਗਿਆ, ਆਪ ਉਹ ਰਾਜਾ ਬਣ ਗਿਆ। ਇੱਕ ਦਿਨ ਕਿਤੇ ਸ਼ੀਸ਼ੇ ਦੇ ਸਾਹਮਣੇ ਖੜ੍ਹ ਕੇ ਜਦੋਂ ਉਹਨੇ ਆਪਣਾ ਸਿਰ ਵੇਖਿਆ ਅਤੇ ਸਿਰ ਵਿੱਚ ਮੋਹਰ ਦਾ ਨਿਸ਼ਾਨ ਵੇਖ ਕੇ ਉਸਨੇ ਆਪਣੀ ਮਾਂ ਨੂੰ ਪੁੱਛਿਆ, ਰਾਣੀ ਨੂੰ, ਵੀ ਇਹ ਨਿਸ਼ਾਨ ਕਿਉਂ ਹੈ। ਉਸ ਵੇਲੇ ਰਾਣੀ ਨੇ ਦੱਸਿਆ ਵੀ ਗੁਰੂ ਪਾਤਸ਼ਾਹ ਦਾ ਹੁਕਮ ਸੀ, ਉਹਨਾਂ ਦੇ ਬਚਨਾਂ ਦੇ ਨਾਲ ਤੇਰਾ ਜਨਮ ਹੋਇਆ ਹੈ, ਉਹਨਾਂ ਨੇ ਤੇਰੇ ਪਿਤਾ ਦੇ ਪੱਟ 'ਤੇ ਇਹ ਨਿਸ਼ਾਨ ਲਾਇਆ ਜੋ ਤੇਰੇ ਸਿਰ ਵਿੱਚ ਹੈ। ਜਦੋਂ ਉਸ ਰਾਜੇ ਨੇ ਬਚਨ ਸੁਣੇ ਸਨ, ਉਹਨੇ ਫਿਰ ਸੋਚਿਆ ਮੈਨੂੰ ਐਸੇ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ। ਦਰਸ਼ਨ ਕਰਨ ਵਾਸਤੇ ਫਿਰ ਉਸਨੇ ਬੜੀਆਂ ਬੇਸ਼ ਕੀਮਤੀ ਵਸਤੂਆਂ ਲਈਆਂ, ਜਿਹਦੇ ਵਿੱਚ ਪ੍ਰਸਾਦੀ ਹਾਥੀ, ਜਿਹਨੂੰ ਚਿੱਟਾ ਹਾਥੀ ਕਿਹਾ ਜਾਂਦਾ ਹੈ, ਇਹ ਹਾਥੀ ਲਿਆ ਉਸਨੇ ਆਪਣੇ ਉੱਧਰੋਂ ਜੰਗਲਾਂ ਵਿੱਚੋਂ ਕਿਧਰੋਂ ਖਰੀਦਿਆ, ਜਿਹੜਾ ਬੜੇ ਮਹਿੰਗੇ ਮੁੱਲ ਦਾ ਸੀ। ਉਹਦਾ ਆਕਾਰ ਕੱਦ ਕਾਠ 'ਤੇ ਹਾਥੀ ਵਰਗਾ ਨਹੀਂ ਸੀ, ਛੋਟਾ ਸੀ, ਮੰਨ ਲਓ ਝੋਟੇ ਵਰਗਾ, ਔਰ ਉਹਦੇ ਸੁੰਡ ਤੋਂ ਲੈ ਕੇ ਪੂਛ ਤੱਕ ਚਿੱਟੇ ਰੰਗ ਦੀ ਲਕੀਰ ਸਾਰੇ ਸਰੀਰ ਦੇ ਉੱਪਰ ਦੀ ਸੀ। ਇੱਕ ਉਸਨੇ ਪੰਜ ਕਲਾ ਸ਼ਸਤਰ ਲਿਆ ਸੀ, ਇਸ ਤਰ੍ਹਾਂ ਦੀਆਂ ਅਜਾਇਬ ਵਸਤੂਆਂ ਲੈ ਕੇ। ਅਤੇ ਇੱਕ ਕਿਸੇ ਸਿੱਖ ਨੇ 2.5 ਲੱਖ ਰੁਪਈਏ ਦੀ ਚਾਂਦਨੀ ਜਿਹੜੀ ਹੈ ਉਹ ਮਹਾਰਾਜ ਸਾਹਿਬ ਜੀ ਨੂੰ ਭੇਟ ਕੀਤੀ ਸੀ। ਇਹ ਭੀਮ ਚੰਦ ਰਾਜਾ ਜਦੋਂ ਦਰਸ਼ਨ ਕਰਨ ਆਇਆ ਮਹਾਰਾਜ ਦੇ, ਸਤਿਗੁਰਾਂ ਦੀਆਂ ਚੀਜ਼ਾਂ ਵੇਖ ਕੇ ਮਨ ਵਿੱਚ ਬੇਈਮਾਨ ਹੋ ਗਿਆ ਅਤੇ ਬਹਾਨਾ ਲਾਇਆ, ਮਹਾਰਾਜ ਇਹ ਚੀਜ਼ਾਂ ਮੈਨੂੰ ਦਿਓ, ਮੈਂ ਲੋਕਾਂ ਨੂੰ ਵਿਖਾਵਾਂਗਾ, ਦੂਜੇ ਰਾਜਿਆਂ ਨੂੰ ਮੇਰੀ ਟੌਹਰ ਬਣੇਗੀ। ਆਪਣੇ ਵਜ਼ੀਰਾਂ ਨੂੰ ਕਹਿਣ ਲੱਗਾ ਮੈਨੂੰ ਮਹਾਰਾਜ ਇੱਕ ਵਾਰੀ ਦੇ ਦੇਣ, ਮੁੜ ਕੇ ਮੁੜਾਂਗਾ ਨਹੀਂ। ਸਤਿਗੁਰੂ ਜਾਣੀ ਜਾਣ ਸਨ ਵੀ ਇਹ ਬੇਈਮਾਨੀ ਕਰੇਗਾ। ਸਤਿਗੁਰੂ ਕਹਿਣ ਲੱਗੇ ਵੀ ਇਹ ਨਹੀਂ ਮਿਲੇਗਾ ਸਮਾਨ, ਇਹ ਸੰਗਤ ਦਾ ਹੈ। ਬੜੇ ਬਹਾਨੇ ਲਾ ਕੇ, ਪਰ ਨਹੀਂ ਗੱਲ ਨਹੀਂ ਵੀ ਉਦੋਂ ਤੋਂ ਇਹ ਵੈਰੀ ਬਣਿਆ ਮਹਾਰਾਜ ਵੀ ਮੈਨੂੰ ਦਿੱਤਾ ਨਹੀਂ ਸਮਾਨ, ਮੇਰਾ ਕਹਿਆ ਨਹੀਂ ਮੰਨਿਆ। ਅਤੇ ਫਿਰ ਭੰਗਾਣੀ ਦਾ ਜੰਗ ਹੋਇਆ ਅਤੇ ਫਿਰ ਉਸ ਤੋਂ ਮਗਰੋਂ ਅਨੰਦਪੁਰ ਸਾਹਿਬ ਦੇ ਕਈ ਜੰਗ ਹੋਏ। ਹੁਣ ਕਾਰਨ ਇਹ ਹੈ, ਵਧੀਕੀ ਮਹਾਰਾਜ ਦੀ ਨਹੀਂ ਹੈ, ਵਧੀਕੀ ਰਾਜਿਆਂ ਦੀ ਹੈ ਕਿ ਮਹਾਰਾਜ ਦਾ ਸਮਾਨ ਮੰਗ ਕੇ ਹੜੱਪਣਾ ਚਾਹੁੰਦੇ, ਨਹੀਂ ਦਿੱਤਾ ਤੇ ਵੈਰੀ ਬਣ ਗਏ। ਕਾਰਨ ਇਹ ਹੈ, ਪਰ ਇਹਨਾਂ ਨੇ ਕਾਰਨ ਦੱਸਣਾ ਨਹੀਂ। ਵਜ਼ੀਰ ਖਾਨ ਨੇ ਪੁੱਛਿਆ, ਕਹਿਣ ਲੱਗਾ ਵੀ ਕਾਰਨ ਦੱਸੋ, ਤੁਹਾਡਾ ਮਹਾਰਾਜ ਦੇ ਨਾਲ ਵੈਰ ਕਿਉਂ ਪਿਆ ਹੈ, ਮੇਲ ਤੁਮਾਰੋ ਹੋਵਾ, ਤੁਹਾਡਾ ਕਿਉਂ ਨਹੀਂ ਦੁਬਾਰਾ ਮੇਲ ਹੋਇਆ, ਕਿਉਂ ਝਗੜਾ ਹੋਇਆ, ਉਹਦਾ ਕਾਰਨ ਕੀ ਹੈ। ਚਿਰਤੇ ਲੜਹਿ ਅਬੈ ਲਗ ਜੋਵਾ, ਅਤੇ ਬੜੇ ਲੰਮੇ ਸਮੇਂ ਤੋਂ ਤੁਸੀਂ ਲੜਦੇ ਪਏ ਹੋ, ਅਜੇ ਤੱਕ ਵੀ ਲੜਦੇ ਪਏ ਹੋ, ਤੁਸੀਂ ਲੜਦੇ ਹੀ ਰਹਿਣਾ ਹੈ, ਉਹਦਾ ਕਾਰਨ ਕੀ ਹੈ, ਇਹ ਤੁਸੀਂ ਮੈਨੂੰ ਦੱਸੋ ਸਾਰੀ ਕਹਾਣੀ। ਹੁਣ ਵਜ਼ੀਰ ਖਾਨ ਪੁੱਛਦਾ ਪਿਆ ਇਹ ਅੱਗੋਂ ਕਿਸ ਤਰ੍ਹਾਂ ਦੀਆਂ ਗੱਲਾਂ ਬਣਾ ਕੇ ਇਹਨਾਂ ਨੇ ਦੱਸਣੀਆਂ, ਉਹ ਇਹਨਾਂ ਦੀ ਆਪਣੀ ਵਿਚਾਰ ਹੈ। ਗੁਰਮੁਖੋ, ਅੱਜ ਦਾ ਜਿਹੜਾ ਦਿਹਾੜਾ ਹੈ
धन धन गुरु गोबिंद सिंह महाराज साहब जिया ने कृपा करके गुरता गद्दी जिहड़ी है वह साहिब गुरु ग्रंथ साहब जिया नूं बख्शिश प्राप्त अज दे दिन महाराज जिया ने की है। बाबा बुढ़ा साहब वर्गे सिखा ने बेनती करके गुरु अर्जन देव महाराज साहब जिया गुरु ग्रंथ साहब जी का सरूप लिखवाया। जदों सरूप लिखा गया फिर हरिमंदर साहब के प्रकाशमान किया गया। हरिमंदर साहब के प्रकाशमान करन तों बाद विच जदों गुरु हरगोबिंद पातशाह महाराज साहब जी गुरता गद्दी के तख्त ते बैठे, महाराज जी का शाहजहान बादशाह दे नाल पहला जंग अमृतसर की धरती ते होया। सतगुरु पातशाह उस वेले आनंदपुर अमृतसर साहब नूं छड के जंग लड़न तों बाद विच महाराज साहब जी इत्थों फिर अगे चले गए। दूसरा जंग हरगोबिंदपुरे रौ विचार चार जंग महाराज ने लड़े, चौथा जंग महाराज ने करतारपुर साहब की धरती का लड़िया। इत्थे जदों जंग विच फतेह हुई उदों गुरु ग्रंथ साहब का सरूप नाल सी, महाराज दे कोल सी उस वेले। जदों जंग फतेह होया इत्थों महाराज साहब जी कीरतपुर साहब नूं जाण लगे। गुरु हरगोबिंद महाराज साहब जिया के वड्डे पोतरे बाबा धीरमल जिया ने उस वेले नाल जाण तों ना कर दिते, असी नहीं जाना, असी करतारपुर ही रहांगे। सतगुरु कहन लगे चलो तुहाडी मर्जी है। महाराज आप चलन लगे। जदों सिखां नूं सरूप लैके आउण वास्ते आख्या, धीरमल ने सरूप कमरे विच रख के जंदरा मार के आख्या, सरूप भी मेरा है, यह भी मैं नहीं देवांगा। इस तरह गुरु ग्रंथ साहब जी का सरूप जिहड़ा है वह करतारपुर साहब की धरती ते ही रह गया ते गुरु हरगोबिंद पातशाह जी कीरतपुर साहब चले गए। फिर गुरु हर राय पातशाह जी, गुरु हरकृष्ण पातशाह वारी वारी गुरता गद्दी ते बैठे, गुरु तेग बहादुर पातशाह गुरता गद्दी ते बैठे। जदों गुरता गद्दी ते बैठे, बैठण तो पहला जदों गुरु पातशाह ने बचन किए सन भी इस वेले जिहड़े गुरु प्रगट होने वह बकाले की धरती ते ने। हुण बकाले की धरती का जिक्र ते कीता पर नाम नहीं लिया। उस वेले जिन्हें सोढ़ी सानू सारे गुरु बनन वास्ते बकाले जाके बैठ गए। ये जिहड़ा धीरमल करतारपुर साहब दे विच रहिंदा सी ये भी चला गया उत्थे भी मैं जाके करतारपुर बैठा क्योंकि गुरु उत्थों प्रगट होना है। और ये फिर गुरु ग्रंथ साहब का सरूप भी नाल ही लै गया बाबे बकाले साहब की धरती ते कि मेरा दावा वड्डा होवेगा भी ग्रंथ साहब मेरे कोल है। इतिहास आपां सारा सरवण किया है। फिर इन्हां ने गुरु तेग बहादुर पातशाह जी का घर लुटिया धीरमल वर्गिया ने। जदों मखण शाह लुबाणे नूं पता लगा उदों धीरमल का घर लुट के वापस लिया, नाले गुरु ग्रंथ साहब का सरूप भी लैके आंदा, लिया के घर दे विच रखिया। गुरु तेग बहादुर पातशाह नूं पता लगा, महाराज कहन लगे भाई सारा कुछ मोड़ के आओ, आपां नूं कुछ नहीं चाहिए। हुण गुरु पातशाह दे वचन मन के समान ते मोड़ दिता पर गुरु ग्रंथ साहब का सरूप नहीं सी मोड़िया। रख लिया सिखां ने भी धीरमल नूं क्यों दईए, साडे गुरुआं दी बाणी आ गुरु कोल ही रवे। महाराज नूं दस्या नहीं, समां लंघ गया। जदों महाराज जी बाबा बकाला साहब छड के आनंदपुर साहब नूं आउण लगे, कीरतपुर साहब नूं महाराज ने आउणा सी, जदों ब्यास दरिया के कंढे ते आ के महाराज खलोते की वेखदे पए, सिख अपने सिर दे उपर कोई पोथी चुक के लई आउंदे। पुछिआ इह की है, फिर दसना पिया। महाराज कहिंदे तुहानूं कहा सी वी धीरमल नूं मोड़ दिओ, मोड़िया क्यों नहीं। फिर माफ़ी मंगी, महाराज साडे कोलों गलती होई है। सतगुरु कहन लगे चलो कोई गल नहीं, ਇਹ ਪੀੜਾ ਸਾਹਿਬ ਜੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਨੇ, ਇਸੇ ਤਰ੍ਹਾਂ ਬਿਆਸ ਦਰਿਆ ਦੇ ਪਾਣੀ ਵਿੱਚ ਹੀ ਰੱਖ ਦਿਓ। ਕੋਈ ਯਾਤਰੂ ਲੰਘਦਾ ਪਿਆ ਉਹਨੂੰ ਸੁਨੇਹਾ ਦਿੱਤਾ, ਮਹਾਰਾਜ ਨੇ ਕਹਿਣ ਲੱਗੇ ਧੀਰਮਾਲ ਨੂੰ ਕਰਤਾਰਪੁਰ ਕਹਿ ਦਿਓ ਇੱਥੋਂ ਸਰੂਪ ਆਪਣਾ ਕੱਢ ਕੇ ਲੈ ਜਾਵੇ, ਤੇਰੀ ਮਾਨਤ ਅਸੀਂ ਨਹੀਂ ਰੱਖਾਂਗੇ। ਜਦੋਂ ਧੀਰਮਾਲ ਨੂੰ ਪਤਾ ਲੱਗਾ ਬੜੀ ਛੇਤੀ ਦੌੜ ਕੇ ਆਇਆ, ਬੜੀਆਂ ਟੁੱਬੀਆਂ ਮਾਰੀਆਂ, ਲੱਭਦਾ ਰਿਹਾ, ਅਰਦਾਸਾਂ ਕਰਦਾ ਲੱਭਦਾ ਨਹੀਂ। ਵਿਦਵਾਨਾਂ ਨੇ ਕਈ ਦਿਨ ਲਿਖਿਆ ਵੀ ਕਈ ਦਿਨ ਉੱਥੇ ਟੁੱਬੀਆਂ ਮਾਰ ਮਾਰ ਕੇ ਗੋਤਾਖੋਰ ਲਿਆ ਲਿਆ ਕੇ ਲੱਭਦਾ ਰਿਹਾ ਪਰ ਸਰੂਪ ਨਹੀਂ ਮਿਲਿਆ ਧੀਰਮਲ। ਫਿਰ ਕਿਸੇ ਸਿਆਣੇ ਸਿੱਖ ਨੇ ਆਖਿਆ, ਕਹਿਣ ਲੱਗਾ ਅਰਦਾਸ ਕਰਦਾ ਹੈ ਜਿੰਨਾ ਚਿਰ ਇਹ ਨਹੀਂ ਕਹਿੰਦਾ ਵੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਗੁਰੂ ਤੇਗ ਬਹਾਦਰ ਦੇ ਅੱਗੇ ਗੁਰੂ ਸ਼ਬਦ ਤੇਰੇ ਮੂੰਹੋਂ ਨਹੀਂ ਨਿਕਲਦਾ ਉਨਾ ਚਿਰ ਸਰੂਪ ਤੈਨੂੰ ਨਹੀਂ ਮਿਲੇਗਾ।
ਫਿਰ ਉੱਥੇ ਧੀਰ ਮੱਲ ਨੂੰ ਆਪਣੇ ਮੂੰਹ ਜਿਹੜਾ ਆਪਣੇ ਆਪ ਨੂੰ ਗੁਰੂ ਮੰਨਦਾ ਸੀ ਨਾ ਵੀ ਮੈਂ ਗੁਰੂ ਹਾਂ, ਉੱਥੇ ਫਿਰ ਅਰਦਾਸ ਵਿੱਚ ਕਹਿਣਾ ਪਿਆ ਗੁਰੂ ਤੇਗ ਬਹਾਦਰ ਸਿਮਰਿਆ ਘਰ ਨੌਣ ਦੇ ਆਵੇ ਸਭ ਥਾਈਂ। ਜਦੋਂ ਇਹ ਬੇਨਤੀ ਕੀਤੀ ਨਾ ਤੇ ਗੋਤਾਖੋਰ ਨੇ ਪਹਿਲੀ ਟੁੱਬੀ ਮਾਰੀ ਤੇ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਨੂੰ ਜਾ ਕੇ ਸਿੱਧਾ ਹੀ ਹੱਥ ਪੈ ਗਿਆ, ਸਰੂਪ ਬਾਹਰ ਕੱਢਿਆ ਗਿਆ। ਸਰੂਪ ਬਾਹਰ ਕੱਢਿਆ, ਰੁਮਾਲੇ ਉਤਾਰੇ ਗਏ, ਇੱਕ ਵੀ ਅੰਗ ਨੂੰ ਬਿਆਸ ਦਰਿਆ ਦਾ ਪਾਣੀ ਨਹੀਂ ਛੋ ਸਕਿਆ। ਇਹ ਮਹਿਮਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ। ਫਿਰ ਉਹ ਸਰੂਪ ਉਸੇ ਤਰ੍ਹਾਂ ਹੀ ਕਰਤਾਰਪੁਰ ਧੀਰ ਮੱਲ ਨੇ ਰੱਖ ਲਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਦਮਦਮਾ ਸਾਹਿਬ ਚਲੇ ਗਏ। ਉੱਥੇ ਸਿੱਖਾਂ ਨੇ ਆਖਿਆ ਮਹਾਰਾਜ ਹੁਣ ਕਿਰਪਾ ਕਰੋ ਸਾਨੂੰ ਬਾਣੀ ਸਿਖਾ ਦਿਓ। ਫਿਰ ਮਹਾਰਾਜ ਨੇ ਆਖਿਆ ਸੀ ਵੀ ਜਾਓ ਜਾ ਕੇ ਕਰਤਾਰਪੁਰ ਤੋਂ ਧੀਰ ਮੱਲ ਦੇ ਕੋਲੋਂ ਸਰੂਪ ਲੈ ਕੇ ਆਓ, ਤੁਹਾਨੂੰ ਬਾਣੀ ਪੜ੍ਹਾਈਏ। ਜਦੋਂ ਸਿੱਖ ਧੀਰ ਮੱਲ ਕੋਲ ਆਏ, ਪਰ ਗੁਰਮੁਖੋ ਕੁਝ ਲੋਕ ਐਸੇ ਵਿਗੜੇ ਹੁੰਦੇ ਉਹ ਕਦੇ ਵੀ ਨਹੀਂ ਸਮਝਦੇ ਜਿੰਨੀਆਂ ਮਰਜ਼ੀ ਠੋਕਰਾਂ ਵੱਜ ਜਾਣ। ਸਿੱਖਾਂ ਨੇ ਆ ਕੇ ਆਖਿਆ ਮਹਾਰਾਜ ਨੇ ਸਰੂਪ ਮੰਗਾਇਆ ਸਾਨੂੰ ਦੇ, ਅਸੀਂ ਇਹਦਾ ਉਲੱਥਾ ਕਰਾਂਗੇ ਫਿਰ ਤੈਨੂੰ ਵਾਪਸ ਮੋੜ ਦਿਆਂਗੇ, ਰੱਖਾਂਗੇ ਨਹੀਂ ਆਪਣੇ ਕੋਲ। ਧੀਰ ਮੱਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹਨਾਂ ਬਚਨਾਂ 'ਤੇ ਭਰੋਸਾ ਨਹੀਂ ਆਇਆ। ਕਹਿਣ ਲੱਗਾ ਜੇ ਗੁਰੂ ਵਾਕਿਆ ਹੀ ਗੁਰੂ ਹੈ ਤਾਂ ਫਿਰ ਆਪਣੇ ਕੋਲੋਂ ਬਾਣੀ ਕਿਉਂ ਨਹੀਂ ਲਿਖਵਾ ਲੈਂਦੇ, ਮੇਰੇ ਕੋਲੋਂ ਕਿਉਂ ਮੰਗਦੇ ਹੋ? ਜੇ ਵਾਕਿਆ ਹੀ ਗੁਰੂ ਗੁਰੂ ਹੈ, ਗੁਰੂ ਨਾਨਕ ਵਿੱਚ ਗੁਰੂ ਗੋਬਿੰਦ ਸਿੰਘ ਵਿੱਚ ਸਿੱਖੋ ਜੇ ਫਰਕ ਨਹੀਂ ਸਮਝਦੇ, ਫਿਰ ਤੁਹਾਡਾ ਗੁਰੂ ਬਾਣੀ ਕਿਉਂ ਨਹੀਂ ਆਪੇ ਲਿਖਾਉਂਦਾ, ਕਿਉਂ ਮੇਰੇ ਕੋਲੋਂ ਮੰਗਦੇ? ਸਿੱਖਾਂ ਨੇ ਜਾ ਕੇ ਮਹਾਰਾਜ ਨੂੰ ਦੱਸਿਆ। ਸਤਿਗੁਰੂ ਹੱਸ ਕੇ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ। ਫਿਰ ਦਮਦਮਾ ਸਾਹਿਬ ਦੀ ਧਰਤੀ 'ਤੇ ਮਹਾਰਾਜ ਨੇ ਬੈਠ ਕੇ ਭਾਈ ਮਨੀ ਸਿੰਘ ਜੀਆਂ ਨੂੰ ਲਿਖਾਰੀ ਲਾ ਕੇ ਸਾਰੀ ਬਾਣੀ ਲਿਖਵਾਈ, ਨਾਲ ਆਪਣੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਉਹ ਵੀ ਲਿਖਵਾਈ। ਸਾਰੀ ਬਾਣੀ ਲਿਖ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ ਦਮਦਮਾ ਸਾਹਿਬ ਦੀ ਧਰਤੀ 'ਤੇ। ਫਿਰ ਇੱਥੋਂ ਮਹਾਰਾਜ ਸਾਹਿਬ ਜੀ ਹਜ਼ੂਰ ਸਾਹਿਬ ਨੂੰ ਚਲੇ ਗਏ। ਸਰੂਪ ਮਹਾਰਾਜ ਸਾਹਿਬ ਜੀ ਦਾ ਨਾਲ ਹੀ ਹੈ। ਹਜ਼ੂਰ ਸਾਹਿਬ ਰਹਿੰਦਿਆਂ ਕੁਝ ਸਮਾਂ ਬਤੀਤ ਹੋਇਆ। ਹੁਣੇ ਹੀ ਆਪਾਂ ਇਤਿਹਾਸ ਸਰਵਣ ਕਰ ਰਹੇ ਸੀ, ਇੱਧਰੋਂ ਵਜ਼ੀਰ ਖਾਨ ਵਰਗਿਆਂ ਨੇ ਕੁਝ ਆਪਣੇ ਬੰਦੇ ਪ੍ਰੇਰ ਕੇ ਮਹਾਰਾਜ ਦੇ ਸੁੱਤਿਆਂ ਸੀਨੇ ਦੇ ਵਿੱਚ ਖੰਜਰ ਦਾ ਵਾਰ ਕੀਤਾ। ਜਦੋਂ ਮਹਾਰਾਜ ਦੁਪਹਿਰੇ ਸੁੱਤੇ ਹੋਏ ਸਨ, ਸਤਿਗੁਰਾਂ ਨੇ ਆਪਣੀ ਤਲਵਾਰ ਦੇ ਨਾਲ ਇੱਕ ਨੂੰ ਉੱਥੇ ਹੀ ਸਦਾ ਦੀ ਨੀਂਦ ਸਵਾ ਦਿੱਤਾ, ਦੂਜਿਆਂ ਨੂੰ ਦੂਜੇ ਭੱਜੇ ਜਾਂਦੇ ਨੂੰ ਸਿੱਖਾਂ ਨੇ ਫੜ ਕੇ ਮਾਰ ਦਿੱਤਾ। ਅਤੇ ਫਿਰ ਮਹਾਰਾਜ ਸਾਹਿਬ ਜੀਆਂ ਨੇ ਵੇਖਿਆ ਕਿ ਹੁਣ ਸਾਡੇ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈ। ਉਦੋਂ ਫਿਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਸੰਗਤ, ਅਸੀਂ ਹੁਣ ਸੱਚਖੰਡ ਸਾਹਿਬ ਨੂੰ ਜਾਣ ਦਾ ਇਹ ਵਿਚਾਰ ਬਣਾਇਆ ਹੈ। ਫਿਰ ਸੰਗਤਾਂ ਨੇ ਆਖਿਆ ਮਹਾਰਾਜ ਸਾਹਿਬ ਜੀ ਕਿਰਪਾ ਕਰੋ, ਪਹਿਲਾਂ ਗੁਰੂ ਸਾਹਿਬਾਨ ਜਦੋਂ ਸੱਚਖੰਡ ਜਾਂਦੇ ਅਗਲੇ ਗੁਰੂ ਸਾਹਿਬਾਨ ਦੇ ਲੜ ਲਾ ਕੇ ਜਾਂਦੇ, ਆਪ ਜੀ ਸਾਨੂੰ ਕਿਸ ਦੇ ਲੜ ਲਾ ਕੇ ਚੱਲੇ ਹੋ? ਜਦੋਂ ਇਹ ਬਚਨ ਹੋਇਆ ਉਸ ਵੇਲੇ ਸਤਿਗੁਰਾਂ ਨੇ ਆਖਿਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਜਦੋਂ ਆਪਾਂ ਹਜ਼ੂਰ ਸਾਹਿਬ ਦੀ ਧਰਤੀ 'ਤੇ ਜਾਂਦੇ ਹਾਂ, ਸੱਚਖੰਡ ਮੱਥਾ ਟੇਕਦੇ ਹਾਂ, ਥੱਲੇ ਨਿਸ਼ਾਨ ਸਾਹਿਬ ਇੱਕ ਵੱਡਾ ਬਣਿਆ ਹੋਇਆ, ਦੋ ਨਿਸ਼ਾਨ ਸਾਹਿਬ ਨੇ ਤਖ਼ਤ ਸਾਹਿਬ ਦੇ ਸਾਹਮਣੇ, ਇੱਕ ਪੌੜੀਆਂ ਚੜ੍ਹ ਕੇ ਉੱਪਰ ਤਖ਼ਤ ਸਾਹਿਬ ਦੇ ਨਾਲ ਹੀ ਹੈ, ਇੱਕ ਪੌੜੀਆਂ ਉਤਰ ਕੇ ਥੱਲੇ ਸਾਹਮਣੇ ਹੀ ਹੈ। ਇੱਥੇ ਮਹਾਰਾਜ ਜੀ ਨੇ ਤੰਬੂ ਲਵਾਇਆ, ਤੰਬੂ ਲਵਾ ਕੇ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ। ਬਾਬਾ ਦੀਪ ਸਿੰਘ ਵਰਗੇ ਮਹਾਂਪੁਰਖ, ਭਾਈ ਗੁਰਬਖਸ਼ ਸਿੰਘ ਵਰਗੇ, ਬਾਬਾ ਗੁਰਬਖਸ਼ ਸਿੰਘ ਵਰਗੇ, ਜਿਨ੍ਹਾਂ ਦਾ ਦਿਉਰਾ ਸਾਹਿਬ ਬਣਿਆ ਹੋਇਆ, ਅਕਾਲ ਤਖ਼ਤ ਸਾਹਿਬ ਦੇ ਮਗਰਲੇ ਬੰਨੇ ਆਪ ਦਰਸ਼ਨ ਕਰ ਸਕਦੇ ਹੋ। ਭਾਈ ਹਰ ਸਿੰਘ ਜੀ ਜਿਹੜੇ ਮਹਾਰਾਜ ਦੀ ਰੋਜ਼ਾਨਾ ਡਾਇਰੀ ਲਿਖਿਆ ਕਰਦੇ ਸਨ, ਭਾਈ ਸੰਤੋਖ ਸਿੰਘ ਜੀ ਜਿਹੜੇ ਮਹਾਰਾਜ ਦੇ ਲੰਗਰ ਦੀ ਸੇਵਾ ਕਰਿਆ ਕਰਦੇ ਸਨ, ਅਤੇ ਇਸੇ ਤਰ੍ਹਾਂ ਭਾਈ ਧਰਮ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਦੇ ਵਿੱਚੋਂ ਸੰਗ, ਇਹਨਾਂ ਪੰਜਾਂ ਸਿੰਘਾਂ ਨੂੰ ਮਹਾਰਾਜ ਦੀ ਤਾਬਿਆ ਖੜ੍ਹੇ ਕਰਕੇ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਆਪ ਤਿੰਨ ਪਰਿਕਰਮਾ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀਆਂ ਪੰਜ ਪੈਸੇ ਨਾਰੀਅਲ ਰੱਖ ਕੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੱਥਾ ਟੇਕ ਕੇ ਮਹਾਰਾਜ ਜੀ ਨੇ ਉਸ ਵੇਲੇ ਆਪਣੇ ਖਾਲਸੇ ਨੂੰ ਬਚਨ ਕੀਤਾ। ਕਹਿਣ ਲੱਗੇ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਇਹ ਮਹਾਰਾਜ ਸਾਹਿਬ ਜੀ ਦਾ ਹੁਕਮ ਹੋਇਆ ਖਾਲਸੇ ਨੂੰ, ਅੱਜ ਤੋਂ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੈ, ਇਹਨਾਂ ਨੂੰ ਹੀ ਨਮਸਕਾਰ ਕਰਨੀ, ਇਹਨਾਂ ਨੂੰ ਹੀ ਮੱਥਾ ਟੇਕਣਾ, ਇਹਨਾਂ ਦੇ ਅੱਗੇ ਹੀ ਅਰਦਾਸ ਕਰਨੀ, ਇਹਨਾਂ ਨੂੰ ਹੀ ਪ੍ਰਸਾਦ ਦਾ ਭੋਗ ਲਵਾਉਣਾ, ਇਹਨਾਂ ਦੇ ਨਾਲ ਹੀ ਬਚਨ ਬਲਾਸ ਕਰਨੇ,
ਗੁਰੂ ਤੁਹਾਡੇ ਸਦਾ ਅੰਗ ਸੰਗ ਰਵੇਗਾ, ਹਮੇਸ਼ਾ ਬਾਣੀ ਬਾਣੇ ਦੇ ਨਾਲ ਪਿਆਰ ਰੱਖਣਾ। ਇਹ ਮਹਾਰਾਜ ਸਾਹਿਬ ਜੀਆਂ ਦੇ ਹੁਕਮ ਸਨ। ਸ੍ਰੀ ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਇਹ ਗੁਰਮੁਖੋ ਅੱਜ ਦਾ ਦਿਹਾੜਾ ਹੈ। ਅੱਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਗੁਰਤਾ ਗੱਦੀ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਹੈ, ਬਿਰਾਜਮਾਨ ਹੋਏ। ਆਪ ਸਾਰੀਆਂ ਸੰਗਤਾਂ ਨੂੰ ਮਹਾਰਾਜ ਸਾਹਿਬ ਜੀ ਦੇ ਗੁਰਤਾ ਗੱਦੀ ਦਿਹਾੜੇ ਦੀਆਂ ਵਧਾਈਆਂ। ਮਹਾਰਾਜ ਕਿਰਪਾ ਕਰੇ, ਸਾਨੂੰ ਨਾਮ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰਨ। ਸਮੇਂ ਦੀ ਸਤਿਗੁਰੂ ਕਿਰਪਾ ਕਰੇ, ਨਾਮ ਬਾਣੀ ਦੀਆਂ ਦਾਤਾਂ ਦੀ ਕਮਾਈ ਸਾਨੂੰ ਪ੍ਰਾਪਤ ਹੋਵੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲਿਖੈ ਕਤਹਿ ਨ ਛੁਟੀਐ, ਬਖਸ਼ਣ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਜਿਸੋ ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ। ਇਹਤੇ ਚਾਨਣ ਹੁੰਦਿਆਂ, ਗੁਰਬਿਨ ਘੋਰ ਅੰਧਾਰ। ਵਾਹਿਗੁਰੂ ਸਾਹਿਬ ਜੀ।